ਸਾਤਰੀਕਾਲ ਤੁਸੀਂ ਲੋਕ ਕਰਨ ਚੈਨਲ ਸਮਾਜੀ ਦੇਖ ਰਹੇ ਹੋ ਸਰਗਰ ਸਵਾਲ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਪਿਆਸੀਵਾਹ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਇੱਕ ਤਾਂ ਕੋਰੋਨਾ ਵਾਇਰਸ ਦਾ ਸੰਕਟ ਹੈ ਦੂਦੇ ਪਾਸੇ ਸਿਆਸਤ ਦਾ ਬੋਲਬਾਲਾ ਜੋ ਕੁਝ ਪੰਜਾਬ ਜਾਂ ਦੇਸ਼ ਦੀ ਸਿਆਸਤ ਵਿੱਚ ਵਾਪਰ ਰਿਹਾ ਇਹਦੇ ਅਗਲੇ ਜਿਹੜੇ ਭਵਿੱਖੀ ਸਿੱਟੇ ਜਾਂ ਨਤੀਜੇ ਕੀ ਹੋਣਗੇ ਕਿਸ ਤਰ੍ਹਾਂ ਦੀ ਸਿਆਸਤ ਦੇਖੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਲੋਕਾਂ ਦੀ ਆਰਥਿਕਤਾ ਦੇ ਤੌਰ ਤੇ ਜਿਵੇਂ ਇੱਕ ਪਾਸੇ ਦੇਸ਼ ਦਾ ਬੁਰਾ ਹਾਲ ਹੈ ਉਧਰਲੇ ਪਾਸੇ ਲੋਕਾਂ ਦੇ ਉੱਤੇ ਇਹਦੀ ਮਾਰ ਪੈ ਰਹੀ ਹੈ ਕਰੋਨਾ ਵਾਇਰਸ ਨੂੰ ਲੈ ਕੇ ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਲੋਕਾਂ ਰਾਂ ਚੈਨਲ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਸੁਵਿੰਦਰ ਜੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਸਥਿਤੀ ਰਿਪੋਰਟਾਂ ਕਹਿੰਦੀ ਹੈ ਕਿ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਚ ਵੀ ਦਾਖਲ ਹੋ ਚੁੱਕਿਆ ਹੈ ਦੂਜੇ ਪਾਸੇ ਜਿਸ ਤਰ੍ਹਾਂ ਦੀਆਂ ਖਬਰਾਂ ਸਾਨੂੰ ਨੈਸ਼ਨਲ ਪੱਧਰ ਤੇ ਸਾਹਮਣੇ ਆਉਂਦੀਆਂ ਨੇ ਕੀ ਹਾਲ ਹੋ ਰਿਹਾ ਲਾਸ਼ਾਂ ਦਾ ਲੋਕ ਆਕਸੀਜਨ ਨੂੰ ਬਾਰੇ ਮਾਰੇ ਫਿਰਦੇ ਨੇ पर सरकारा ਜਿਹੜੀਆਂ ਉਹ ਹਾਲੇ ਵੀ ਇਹੀ ਗੱਲ ਕਹਿੰਦੀਆਂ ਨੇ ਕਿ ਅਸੀਂ ਇੰਤਜ਼ਾਮ ਕਰ ਰਹੇ ਹਾਂ ਚਰਚਾਵਾਂ ਉਵੇਂ ਚੱਲ ਰਹੀਆਂ ਨੇ ਲੋਕਾਂ ਦੀ ਮੌਤਾਂ ਦੀ ਗਿਣਤੀ ਵੋਸਤ ਵੱਧਦੀ ਜਾ ਰਹੀ ਹੈ ਦੇਖੋ ਸਾਡੀ ਰਾਜਨੀਤੀ ਜਾਂ ਸਾਡੇ ਜਿਹੜੇ ਰਾਜਨੀਤਿਕ ਤੰਤਰ ਤਾਣੇ ਬਾਣੇ ਦਾ ਅਸਲੀ ਚਿਹਰਾ ਕੀ ਹੈ ਉਹਨੂੰ ਸ਼ੀਸ਼ਾ ਕਾफी ਹੱਦ ਤੱਕ ਦਿਖਾਉਣ ਦੇ ਵਿੱਚ ਇਹ ਕਰੋਨਾ ਕਾਮਯਾਬ ਹੋਈ ਹੈ ਖੋਖਲਾਪਣ ਤੇ ਬੜੀ ਦੇਰ ਦਾ ਸੀ ਰੋਲਾ ਸੀ ਬੜੀ ਦੇਰ ਦਾ ਪਾਰੇ ਸੀ ਜਿਸ ਤਰੀਕੇ ਨਾਲ ਸੇਤ ਦਾ ਖੋਖਲੇਪਾਨ ਸਾਹਮਣੇ ਆਇਆ ਉਸੇ ਤਰੀਕੇ ਨਾਲ ਸਿੱਖਿਆ ਦਾ ਉਦੋਂ ਵੀ ਵੱਡਾ ਸਕੈਂਡਲ ਆ ਸਾਡੇ ਦੇਸ਼ ਦੇ ਅੰਦਰ ਹੋਰਨਾਂ ਚੀਜ਼ਾਂ ਨੂੰ ਵੀ ਤੁਸੀਂ ਨਾਲ ਲਾ ਲਓ ਜਿਹੜੇ ਬਾਕੀ ਮਾਫੀਆ ਚੱਲਦਾ ਉਹ ਤੇ ਹੈ ਹੀ ਪੰਜਾਬ 'ਚ ਅਸੀਂ ਰੋਜ਼ ਮਾਫੀਆ ਦੀ ਗੱਲ ਕਰਦੇ ਆਂ ਡਰੱਗ ਦੀ ਲੀਕ ਕਰਦੀ ਟਰਾਂਸਪੋਰਟ ਦੀ ਕੇਬਲ ਦੀ ਰੋਤਾ ਬਜਰੀ ਦੀ ਕਿਹੜੇ ਚੀਜ਼ ਦਾ ਹੈ ਹਰ ਇੱਕ ਜੀ ਅਸਲ 'ਚ ਤੇ ਜਿਹੜੀ ਸਾਡੀ ਰਾਜਨੀਤੀ ਹੈ ਜਿਵੇਂ ਗਵਿੰਦਰ ਜੀ ਉਹ ਖੋਦੀ ਹੈ ਲੱਗਦਾ ਕਿ ਜਿਹਨੂੰ ਕੋਈ ਇੱਕ ਸੂਝਵਾਨ ਰਾਜਨੀਤਿਕ ਲੀਡਰ ਤੇ ਉਹਨਾਂ ਦੀਆਂ ਪਾਰਟੀਆਂ ਨਾ ਰੂਲ ਕਰ ਰਹੀਆਂ ਹੁਣ ਬਲਕਿ ਕੁਝ ਗੈਂਗ ਇਕੱਠੇ ਹੋ ਗਏ ਆ ਜਿ ਤਰ੍ਹਾਂ ਉਹਨਾਂ ਦਾ ਆਪੂ ਆਪਸ ਨਾਲ ਮੁਕਾਬਲਾ ਸੱਤਾ ਕਿਵੇਂ ਖੂਨੀਆਂ ਹਰ ਤਰੀਕੇ ਨਾਲ ਹਰ ਹਰਬੇ ਦੇ ਨਾਲ ਹਰ ਦੇਸ਼ ਦੇ ਅੰਦਰ ਹਰ ਕਿਸਮ ਦੀ ਜ਼ਹਿਰ ਲੋਕਾਂ ਦੇ ਵਿੱਚ ਘੋਲ ਕੇ ਵੀ ਲੋਕਾਂ ਦੀਆਂ ਜੇ ਲਾਸ਼ਾਂ ਵਿਸ਼ੀਆਂ ਵੀ ਹੋਣ ਤਾਂ ਵੀ ਉਹਦੇ ਚ ਸੱਤਾ ਦਾ ਚਾਂਸ ਕਿਵੇਂ ਭਾਲਣਾ ਇਸ ਕਿਸਮ ਦੀ ਜਿਹੜੀ ਸਾਡੀ ਮਾਨਸਿਕਤਾ ਬਣ ਗਈ ਹੈ ਦੇਸ਼ ਦੇ ਅੰਦਰ ਉਸ ਦਾ ਕਾਫੀ ਵੱਡੇ ਪੱਧਰ ਤੇ ਐਕਸਪੋਜ਼ਰ ਦੁਨੀਆ ਦੇ ਪੱਧਰ ਤੇ ਹੋ ਗਿਆ ਅੱਗੇ ਤੇ ਚਲੋ ਮਾੜਾ ਮੋਟਾ ਕਿਸੇ ਕਿਸਮ ਦਾ ਪਰਦਾ ਸੀਗਾ ਇਹ ਅੰਕੜੇ ਸੀਗੇ ਜਾਣਦੇ ਸੀ ਅਸੀਂ ਰੌਲਾ ਪਾਉਂਦੇ ਸੀ ਸਰਕਾਰ ਕਹਿੰਦੀ ਸੀ ਨਹੀਂ ਐਵੇਂ ਤੁਹਾਨੂੰ ਲੱਗਦਾ ਅਸੀਂ ਪ੍ਰਧਾਨ ਮੰਤਰੀ ਐਡੀ ਵੱਡੀ ਬੀਮਾ ਯੋਜਨਾ ਖੜੀ ਕਰ ਦਿੱਤੀ ਆ ਹੁਣ ਤੇ ਤੁਸੀਂ ਦੇਖਿਓ 5-5 ਲੱਖ ਦੇ ਲੋਕਾਂ ਦੇ ਇੱਥੇ ਜਿਹੜੇ ਬੀਮਾ ਹੋ ਗਿਆ ਹੁਣ ਜਿਹੜੇ ਮਰਜੀ ਵੱਡੇ ਹਸਪਤਾਲ ਦੇ ਵਿੱਚ ਜਾ ਕੇ ਪ੍ਰਾਈਵੇਟ ਦੇ ਵਿੱਚ ਇਲਾਜ ਹੋਊਗਾ ਕਿੱਥੇ ਗਏ ਕਿਹੜੇ ਗਏ ਵਾਦੇ ਕਿੱਥੇ ਸਾਰਾ ਉੱਡ ਗਿਆ ਹਵਾ ਚੋਟ ਗਿਆ ਕਿੱਥੇ ਜਨਤਨ ਯੋਜਨਾ ਕਿੱਥੇ ਸਾਰੀਆਂ ਗੱਲਾਂ ਕਿਤੇ ਲੱਭਿਆ ਕੁਝ ਵੀ ਇਹਨਾਂ ਦਾ ਹੁਣ ਇਹ ਜਿਹੜੀਆਂ ਸਾਡੀਆਂ ਗੱਪਾਂ ਮਾਰ ਕੇ ਝੂਠੇ ਵਾਅਦੇ ਕਰਕੇ ਸਰਕਾਰਾਂ ਭਾਵੇਂ ਸੂਬਿਆਂ ਦੀਆਂ ਹੋਣ ਭਾਵੇਂ ਸੈਂਟਰ ਦੀਆਂ ਹੋਣ ਜਿਹੜੀ ਸਾਡੀ ਰਾਜਨੀਤਿਕ ਸ਼ਬੀ ਸੀਗੀ ਜਿੰਨੀ ਢਾ ਉਹਨੂੰ ਦੁਨੀਆਂ 'ਚ ਲੱਗੀ ਐ ਕਿ ਇਹ ਕਦੀ ਨਹੀਂ ਲੱਗੀ ਮੇਰੇ ਖਿਆਲ ਯਾਦ ਭਾਰਤ 'ਚ ਪਹਿਲੀ ਵਾਰੀ ਆ ਕਿ ਅਸੀਂ ਐਨ ਟਾਕ ਦਿੱਤਾ ਹੋਵੇ ਐਂ ਧਰਾਤਲ ਤੇ ਸੁੱਟਤਾ ਹੋਵੇ ਜਿਹੜੇ ਕਿ ਬੰਦੇ ਹਵਾ ਚੁੱਚੀਆਂ ਆਡਾਰੀਆਂ ਮਾਰ ਰਹੇ ਸੀ ਕਹਿ ਰਹੇ ਸੀ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਦੇਸ਼ ਦੀ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰ ਫਲਾਨਾ ਟਮਕਾਣਾ ਔਰ ਜਾ ਕੇ ਵਰਲਡ ਇਕਨੋਮਿਕ ਫੋਰਮ ਤੇ ਇਹੀ ਪ੍ਰਧਾਨ ਮੰਤਰੀ ਬਾਹਾਂ ਖਲਾਰ-ਖਲਾਰ ਕੇ ਲੋਕਾਂ ਨੂੰ ਸ਼ਰਮਿੰਦਿਆਂ ਕਰ ਰਹੇ ਸੀ ਪੂਰੇ ਦੇਸ਼ ਦੇ ਲੋਕਾਂ ਨੂੰ ਕਿ ਦੇਖੋ ਤੁਹਾਨੂੰ ਇੰਨੀ ਅਕਲ ਨਹੀਂ ਹੈ ਸਾਡੇ ਦੇਸ਼ ਦੇ ਅੰਦਰ ਹੁਣ ਅਹਮਦਾਬਾਦ ਦੇ ਵਿੱਚ ਇੱਕ ਗਊਸ਼ਾਲਾ 'ਚ ਬੰਦੇ ਖੜੇ ਆ ਗਾਈਆਂ ਦਾ ਗੋਬਰ ਮਲ ਮਲ ਕੇ ਤੇ ਪੂਜਾ ਕਰ ਰਿਹਾ ਕਹਿੰਦੇ ਕਿ ਇਹਦੇ ਨਾਲ ਕਰੋ ਬਿਮਾਰੀਆਂ ਨਹੀਂ ਲੱਗਦੀਆਂ ਮੂਤ ਵੀ ਪੀ ਲੋ ਨਾਲ ਉਹ ਵੀ ਨਾਲ ਇੱਕ ਇੱਕ ਕੱਪ ਨਾਲ ਹੱਥ 'ਚ ਫੜ ਲੈਣਾ ਸੀ ਦੇ ਦੇ ਫੋਟੋ ਆਈ ਹੈ ਦੇ ਦੇ ਉੱਤੇ ਗੋਬਰ ਮਲਿਆ ਇੱਕ ਬੰਦਾ ਬਾਹਰ ਗਿਆ ਆ ਉਹਦੇ ਬੈਗ ਦੇ ਵਿੱਚੋਂ 에어ਪੋਰਟ ਦੇ ਉੱਤੇ ਦੋ ਪਾਥੀਆਂ ਨਿਕਲੀਆਂ ਦੁਰਲੰਤ ਤੁਹਾਡਾ ਜਾਣੀ ਕਿਥੇ ਕਿਹੋ ਜਿਹੇ ਦੇਸ਼ ਆ ਤੁਸੀਂ ਤੁਹਾਡੇ ਤੇ ਪਾਥੀਆਂ ਪਤਾ ਨਹੀਂ ਗੱਲ ਲਈ ਕਹਿੰਦੇ ਜੀ ਉੱਥੇ ਉਹ ਉਹਨਾਂ ਨੇ ਫੜ ਕੇ ਪਾਥੀਆਂ ਉੱਥੇ 에어ਪੋਰਟ ਤੇ ਜਲਾਤੀਆਂ ਕਿ ਇਹ ਦੇ ਨਾਲ ਜਿਹੜੇ ਮੂੰਹ ਖੁਰਦੀ ਬਿਮਾਰੀ ਜਿਹੜੀ ਆ ਨਾਲ ਹੀ ਚਲੇ ਜਾਂਦੀ ਆ ਤੇ ਇਹ ਕਿਹੜਾ ਦਿਸ ਮੈਨੂੰ ਸੋਨਾ ਸਮਗਲਿੰਗ ਕਰਨ ਲੱਗੇ ਸੀਗੇ ਸੋਨੇ ਦੀਏ ਜਾਂ ਕਿਹੜੀ ਹੈਰੋਇਨ ਲੈ ਕੇ ਨਾਲ ਚੱਲਿਆ ਸੀ ਬੰਦਾ ਮੈਨੂੰ ਨਹੀਂ ਸਮਝ ਆਉਂਦੀ ਸਾਡੇ ਬੰਦਿਆਂ ਦੀ ਅਜੇ ਮਾਨਸਿਕਤਾ ਕਿੱਥੇ ਖੜੀ ਆ ਔਰ ਇਹ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਕਿੱਥੇ ਤੱਕ ਜਾਊਗੀ ਕੋਈ ਗੋਆ ਮਿਲ ਜਾਂਦਾ ਕੋਈ ਮੂਤ ਪੀ ਜਾਂਦਾ ਕੋਈ RAMਦੇਵ ਵਰਗਾ ਸ਼ੁਰੂ ਜੀ ਰੌਲਾ ਪਾਤਾ ਵੀ ਮੈਂ ਇਹੋ ਜੀ ਦਵਾਈ ਖੱਢ ਲਈ ਹੈ ਔਰ ਉਹਨੂੰ ਸਰਕਾਰ ਜਿਹੜੀ ਐਪਰੂਵ ਕਰ ਰਹੀ ਸੀ ਕਿ ਜਿਹਦੇ ਨਾਲ ਕਰੋਨਾ ਨੇੜੇ ਤੇੜੇ ਨਹੀਂ ਫਟਕੂਗਾ ਕੋਈ ਕਾੜੇ ਦੇਈ ਜਾਂਦਾ ਕੋਈ ਕੁਝ ਕਰੀ ਜਾਂਦਾ ਅਸੀਂ ਜਿਸ ਤਰੀਕੇ ਨਾਲ ਜਿਸ ਪੱਧਰ ਤੇ ਦੇਸ਼ ਦੀ ਮੈਡੀਕਲ ਜਾਂ ਸਾਇੰਟਿਫਿਕ ਨੌਲੇਜ ਆ ਉਸ ਨੂੰ ਥੱਲੇ ਲੈਣ ਦਾ ਔਰ ਜਿਸ ਪੱਧਰ ਤੇ ਕੈਜ਼ੂਅਲ ਟਾਂਗ ਦੇ ਨਾਲ ਅਸੀਂ ਦੇਸ਼ ਨੂੰ ਚਲਾ ਰਹੇ ਸੀ ਆਪਣੀ ਮਨਮਰਜ਼ੀਆਂ ਨਾਲ ਪਰਦਾ ਪਾ ਕੇ ਉਹ ਗੱਲਾਂ ਹੋਰ ਤੇ ਅਸਲੀਅਤ ਹੋਰ ਉਹ ਸਾਰਾ ਭਾਂਡਾ ਚਰਾਹੇ ਚ ਜਦੋਂ ਪੁੱਟਿਆ ਤੇ ਹੁਣ ਉਹਦਾ ਥੋੜਾ ਜਿਹਾ ਅੰਦਾਜ਼ਾ ਲੱਗਾ ਹੁਣ ਹੁਣ ਕੇ ਪ੍ਰਧਾਨ ਮੰਤਰੀ ਕਿਦੇ ਆ ਕੇ ਦੀ ਗੱਲਾਂ ਕਰਦੇ ਕਿਉਂ ਨਹੀਂ ਕਰਦੇ ਰੋਜ਼ ਕਰਨੀ ਚਾਹੀਦੀ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕਰਦੇ ਕਾਹਦੇ ਪ੍ਰਧਾਨ ਮੰਤਰੀ ਆ ਕਾਹਦਾ ਸਾਡਾ ਲੋਕਤੰਤਰ ਹੈ ਦੇਸ਼ ਦੇ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਣ ਦਰਿਆ ਲਾਸ਼ਾਂ ਨਾਲ ਭਰੇ ਹੋਣ ਉਥੇ ਕਿਤੇ 90 ਲਾਖਾਂ ਕਿਤੇ 60 ਲਾਖਾਂ ਜਾਣੀਏ ਕਿਥੇ ਵੀ ਤੁਸੀਂ ਦੇਸ਼ ਦੇ ਅੰਦਰ ਮਾਨਵਤਾ ਦੇਖੀ ਹੈ ਉਹ ਜਪ ਪੱਪੂ ਯਾਦਵ ਐਮਪੀ ਹੈਗਾ ਜਿਹੋ ਜਿਹਾ ਮਰਜੀ ਅਸੀਂ ਪਰਸਨਲ ਕਰੈਕਟਰ ਤੇ ਨਹੀਂ ਜਾਂਦੇ ਪਰ ਉਹ ਬੰਦੇ ਨਾਲ ਲੈ ਕੇ ਉਹਨੇ ਜਦੋਂ ਰੂਡੀ ਦਾ ਰਜੀਵ ਕੁਮਾਰ ਰੂਡੀ ਜਿਹੜੇ ਇਹਨਾਂ ਦੇ ਐ ਐਮਪੀ ਹੈਗੇ ਭਾਜੀਪੀ ਦੇ ਦੋ ਦੋ ਦਰਜਣਾਂ ਤੋਂ ਸੁਖਵਿੰਦਰ ਉੱਪਰ ਐਮਬੂਲੈਂਸ ਸਰਕਾਰੀ ਪੈਸੇ ਚੋ ਖਰਚੀਆਂ ਹੋਈਆਂ ਪਈਆਂਆਂ ਉੱਤੇ ਕੱਪੜੇ ਦੇ ਕੇ ਪਤਾ ਨਹੀਂ ਕਿ ਇਹਨੂੰ ਦੇਣੀਆਂ ਸੀ ਉਹ ਕਿਹੜੀ ਇਲੈਕਸ਼ਨ ਦੇ ਵਿੱਚ ਵਰਤਣੀਆਂ ਸੀ ਕੇਸ ਪਰਪਤ ਲਈ ਉਹਨੂੰ ਕਰਨਾ ਸੀਗਾ ਉਹਦੇ ਤੇ ਕੇਸ ਪਾਤਾ ਉਹਨੂੰ ਅੰਦਰ ਕਰਤਾ ਤੇ 30 32 ਸਾਲ ਪੁਰਾਣਾ ਕੇਸ ਕੱਢ ਕੇ ਝਾੜ ਝੂੜ ਕੇ ਕਹਿੰਦੇ ਬੱਚੂ ਹੁਣ ਤੈਨੂੰ ਅਸੀਂ ਅੰਦਰ ਕਰਾਂਗੇ ਤੂੰ ਫਲਾਣੇ ਵੇਲੇ ਆ ਕੀਤਾ ਸੀ ਟਮਕਾਣੇ ਵੇਲੇ ਆ 30 32 ਸਾਲ ਸੁੱਤੇ ਸੀ ਤੂੰ ਸੀ ਹੁਣ ਜਦੋਂ ਉਹਨੇ ਤੁਹਾਨੂੰ ਐਕਸਪੋਜ਼ਰ ਕਰਤਾ ਉਹਦੇ ਤੇ ਤੁਸੀਂ ਪੁਰਾਣਾ ਕੇਸ ਇੱਕ ਤੇ ਇਹ ਕੱਢਿਆ ਕਿ ਇਹਨਾਂ ਨੇ ਮੂੰਹ ਨਹੀਂ ਸੀ ਵੱਧੇ ਕਰੋਨਾ ਨੂੰ ਵਾਇਲੇਸ਼ਨ ਕੀਤੀ ਉਹਦੇ ਨਾਲ ਫੜ ਲਿਆ ਔਰ ਨਾਲ ਹੀ ਕਹਿੰਦੇ ਆ ਕਿ ਹੁਣ ਅਸੀਂ ਤੁਹਾਡੇ ਤੇ ਜਿਹੜਾ ਪੁਰਾਣਾ ਕੇਸ ਆ ਉਸ ਨੂੰ ਚਲਾਵਾਂਗੇ ਕੋਈ ਹੈ ਦੇ ਉਹਦੇ ਚ ਕੇਸ ਦੇ ਵਿੱਚ ਬਹੁਤਿਆਂ ਧਰਾਮਾਂ ਤੇ ਸਖਤੀ ਹੈ ਬਹੁਤ ਸਖਤ ਵੀ ਨਹੀਂ ਹੈ ਇਹੋ ਜਿਹੇ ਬੰਦੇ ਜਿਹੜੇ ਮਤਲਬ ਉਹ ਵੀ ਪੱਪੂ ਯਾਦਵ ਕਿਹੜਾ ਘਟਿਆ ਉਹ ਆ ਜਾਊਗਾ ਜਿਵਾਂ ਚਮੁੰਦ ਕਰਾ ਲੂਗਾ ਪਰ ਇਹਨਾਂ ਵੱਲੋਂ ਉਸ ਗੱਲ ਨੂੰ ਸ਼ਾਬਾਸ਼ ਦੇਣ ਲਈ ਤੇ ਰੂਡੀ ਨੂੰ ਸੈਂਸਰ ਕਰਨ ਦੀ ਜਗ੍ਹਾ ਜਿਹੜਾ ਜਣੀ ਵਿਸਲ ਬਲੂਅਰ ਆ ਉਹਨੂੰ ਹੀ ਸਜਾ ਦਿੱਤੀ ਜਾ ਰਹੀ ਆ ਇਸ ਕਿਸਮ ਨਾਲ ਰਾਜਨੀਤੀ ਚੱਲੂਗੀ ਇਹ ਇਸੇ ਤਰੀਕੇ ਨਾਲ ਹੁਣ ਜੋ ਦੇਸ਼ ਦੇ ਅੰਦਰ ਹੋ ਰਿਹਾ ਤੁਸੀਂ ਰੋਜ਼ ਮੀਡੀਆ ਵਾਲੇ ਵੀ ਅਸੀਂ ਵੀ ਰੌਲਾ ਪਾਉਂਦੇ ਆ ਇਹੋ ਜੀ ਦੁੱਖ ਦੀ ਘੜੀ ਚ ਸਮੁੱਚੀ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਵਖਰੇਵੇਂ ਭੁੱਲ ਕੇ ਜਿਹੜੇ ਸੱਤਾ ਦੇ ਨਸ਼ੇ ਤੋਂ ਬਾਹਰ ਆ ਕੇ ਜਨਤਾ ਨੂੰ ਨਾਲ ਲੈ ਕੇ ਇਸ ਦਾ ਮੁਕਾਬਲੇ ਚ ਪੂਰਾ ਉੱਤਰਨਾ ਚਾਹੀਦਾ ਹੈ ਨਹੀਂ ਕੋਈ ਇਹੋ ਜੀ ਗੱਲੇ ਨਹੀਂ ਗਈ ਹਾਲਾਂਕਿ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਪ੍ਰਾਈਵੇਟ ਹਸਪਤਾਲਾਂ ਨੇ ਉਹ ਲੁੱਟ ਮਚਾਈਆ ਕਿਉਂ ਨਹੀਂ ਲਾਇਸੈਂਸ ਕੈਂਸਲ ਕਰ ਦੇ ਕਿਉਂ ਨਹੀਂ ਭਈ ਕਿ ਇਹਨਾਂ ਨੂੰ ਖਾਸ ਥੇਲੀ ਆਉਂਦੀ ਹੈ ਸ਼ਾਮ ਨੂੰ ਲੋਕ ਕਿਉਂ ਨਹੀਂ ਸ਼ੱਕ ਕਰਨਗੇ ਬਿਲਕੁਲ ਸ਼ੱਕ ਕਰਨਾ ਚਾਹੀਦਾ ਕਿ ਜੇ ਇਹ ਉਹਨਾਂ ਦੇ ਲਾਇਸੈਂਸ ਕੈਂਸਲ ਨਹੀਂ ਕਰਦੇ ਇਹਦਾ ਮਤਲਬ ਕੋਈ ਨਾ ਕੋਈ ਇਹਨਾਂ ਦੀ ਵਿੱਚ ਅੰਦਰੋਂ ਅੰਦਰੀ ਕੋਈ ਲੈਂਡ ਦੇਣ ਚੱਲ ਰਿਹਾ ਇਹੋ ਹੀ ਲੋਕ ਸ਼ੱਕ ਕਰਨਗੇ ਪੱਕਾ ਕਰਨਗੇ ਨਹੀਂ ਤੇ ਜਿਹੜਾ ਤੁਸੀਂ ਹੁਣ ਇਹੋ ਜਿਹਾ ਇਲਾਜ ਤੇ ਦੇਖੋ ਵਿਦੇਸ਼ਾਂ ਤੋਂ ਤੁਹਾਡੀ ਆਕਸੀਜਨ ਆ ਰਹੀ ਵਿਦੇਸ਼ਾਂ ਤੋਂ ਟੀਕੇ ਆ ਰਹੇ ਵਿਦੇਸ਼ਾਂ ਤੋਂ ਤੁਹਾਨੂੰ ਹੋਰ ਮਦਦ ਪੀਪ ਕਿੱਟਾਂ ਤੱਕ ਹੋਰ ਸਾਰਾ ਕੁਝ ਆ ਰਿਹਾ ਵੀ ਦੇਸ਼ ਅੰਦਰ ਬੜਾ ਵੱਡਿਆ ਜਾਨ ਮਾਲ ਦਾ ਖਾਸ ਕਰ ਜਾਨਾਂ ਦਾ ਨੁਕਸਾਨ ਹੋ ਰਿਹਾ ਤੇ ਅਸੀਂ ਇਹਨਾਂ ਦੀ ਦੇਸ਼ ਦੇ ਸੰਕਟ 'ਚ ਮਦਦ ਕਰੀਏ ਤੇ ਅਸੀਂ ਆਪਣੀ ਮਦਦ ਆਪ ਨਹੀਂ ਕਰਨਾ ਚਾਹੁੰਦੇ ਜਿਹੜੇ ਅੰਦਰ ਸਾਡੇ ਮਗਰਮੱਛ ਬੈਠੇ ਆ ਉਹਨਾਂ ਨੂੰ ਫੜ ਕੇ ਅਸੀਂ ਉਹਨਾਂ ਦੇ ਦੰਦ ਨਹੀਂ ਕੱਢਣਾ ਚਾਹੁੰਦੇ ਤੇ ਮਾੜੀ ਗੱਲ ਹੈ ਇਹਦਾ ਮਤਲਬ ਹੈ ਜੀ ਦੇਸ਼ ਨੂੰ ਇਸ ਪੱਧਰ ਤੇ ਲੈਣ ਦਾ ਕਿ ਅਸੀਂ ਹਰ ਹਰ ਮੌਕੇ ਦੇ ਵਿੱਚੋਂ ਹਰ ਹਾਲਾਤ ਦੇ ਵਿੱਚੋਂ ਚਾਰ ਪੈਸੇ ਕਮਾਉਣਾ ਚਾਹੁੰਦੇ ਆ ਗਰੀਬ ਕਿੱਥੇ ਜਾਊਗਾ ਮੈਂ ਤੁਹਾਨੂੰ ਦੱਸਾਂ ਇਹ ਹੁਣ ਜਿਸ ਪੱਧਰ ਤੇ ਵੱਡੇ ਪੱਧਰ ਤੇ ਕਰੋਨਾ ਜੀ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਕਿ 533 ਜ਼ਿਲ੍ਹਿਆਂ ਦਾ ਉਹਨਾਂ ਨੇ ਸਰਵੇ ਕਰਕੇ ਦੱਸਿਆ ਫੈਲ ਤੇ ਸਾਰੇ ਪਿੰਡਾਂ ਚ ਗਿਆ 533 ਜ਼ਿਲ੍ਹਿਆਂ ਦਾ 10% ਤੋਂ ਉੱਪਰ ਉੱਪਰ ਕੇਸ ਹੈਗੇ ਇਹਦਾ ਮਤਲਬ ਬਹੁਤ ਵੱਡਾ ਫਲਾਅ ਇਹਨੂੰ ਮੰਨੋ ਪਿੰਡਾਂ ਦੀਆਂ ਖਬਰਾਂ ਆਉਣ ਲੱਗੀਆਂ ਪਿਛਲੇ ਇੱਕ ਦੋ ਹਫ਼ਤਿਆਂ ਚ ਤਿੰਨ ਹਫ਼ਤਿਆਂ ਚ ਕਿਤੇ 18 ਕਿਤੇ ਦਰਜਣ ਕਿਤੇ ਦੋ ਦਰਜਣਾ ਬੰਦੇ ਜਿਹੜੇ ਆ ਉਹ ਰੱਬ ਨੂੰ ਪਿਆਰੇ ਹੋ ਗਏ ਚਲੇ ਗਏ ਕਿਉਂਕਿ ਜਾਨੀ ਆਣ ਆ ਜਿਹੜੀ ਆਣਾ ਆਈ ਦੇ ਉੱਤੇ ਕੋਈ ਟਾਈਮ ਨਹੀਂ ਸੀਗਾ ਔਰ ਇਸ ਕਰੋਨਾ ਕਰਕੇ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਤੋਂ ਨੇ ਫਿਰ ਭੈਣ ਨੂੰ ਕੋਈ ਕਿਸੇ ਕਿਸਮ ਦੀ ਇਸ ਗੱਲ ਦੀ ਸ਼ਰਮ ਨਹੀਂ ਹੈ ਕਿਸੇ ਕਿਸਮ ਦਾ ਉਸ ਗੱਲ ਦਾ ਕੋਈ ਆਉਣ ਵਾਲੇ ਸਮੇਂ ਤੇ ਦਾ ਕੀ ਉਪਾਏ ਕਰਨਾ ਕੋਈ ਤਿਆਰੀ ਨਹੀਂ ਕੋਈ ਭਰੋਸਾ ਨਹੀਂ ਲੋਕ ਇਡੇ ਵੱਡੇ ਸੰਕਟ ਚ ਹੋਣ ਕੀ ਸਰਕਾਰ ਨੂੰ ਤੇ ਪ੍ਰਧਾਨ ਮੰਤਰੀ ਨੂੰ ਖਾਸ ਕਰਕੇ ਤੇ ਹੋਮ ਮਿਨਿਸਟਰ ਜਿਹੜਾ ਉਹਨਾਂ ਦਾ ਲੈਫਟੇਨੈਂਟ ਆ ਕੀ ਰੋਜ਼ ਟੀਵੀ ਤੇ ਆ ਕੇ ਉਹਨਾਂ ਨੂੰ ਭਰੋਸਾ ਨਹੀਂ ਦੇਣਾ ਚਾਹੀਦਾ ਕਿ ਅਸੀਂ ਇੰਨਾ ਕਰ ਲਿਆ ਇੰਨਾ ਕਰਾਂਗੇ ਕੋਈ ਦਿੱਕਤ ਨਹੀਂ ਹੈ ਅਸੀਂ ਕਸੂਰਵਾਰ ਹਾਂ ਸਾਨੂੰ ਜੋ ਸਜ਼ਾ ਦੇਣੀ ਹੋਊਗੀ ਦੋ ਪਰ ਅਸੀਂ ਆਉਣ ਵਾਲੇ ਸਮੇਂ 'ਚ ਵੱਡੇ ਸਬਕ ਸਿੱਖ ਲਏ ਆ ਅਸੀਂ ਆਉਣ ਵਾਲੇ ਸਮੇਂ 'ਚ 3 ਗੁਣਾ ਹਸਪਤਾਲਾਂ ਦਾ ਬਜਟ ਵਧਾ ਦੇਾਂਗੇ ਹਬਰਾਂ ਆਈਆਂ ਆ ਸੁਖਵਿੰਦਰ ਅਸੀਂ ਰੋਜ਼ ਟਾਈਮ ਆਪਣਾ ਪੜ ਪੜ ਕੇ ਦੁਖੀ ਵੀ ਹੁੰਨੇ ਆ ਪਰ ਸਮਾਂ ਬਰਬਾਦ ਕਰਦੇ ਆ ਪੰਜਾਬ ਦੇ ਵਿੱਚ ਕਹਿੰਦੇ ਜੀ 80 ਪ੍ਰਧਾਨ ਮੰਤਰੀ ਨੇ ਆਪਣੇ ਫੰਡ ਵਿੱਚੋਂ 80 ਇੱਕ ਹਸਪਤਾਲ ਦੇ ਵਿੱਚ ਵੈਂਟੀਲੇਟਰ ਭੇਜੇ ਆ ਉਹਨਾਂ 'ਚੋਂ 70 ਚੱਲੇ ਹੀ ਨਹੀਂ ਤੇ 9 ਜਿਹੜੇ ਚੱਲਿਆ 2 ਘੰਟੇ ਚੱਲ ਕੇ ਠੁਸ ਕਰ ਗਏ ਉਹ ਬੰਦੇ ਦੀ ਜਾਨ ਦੀ ਗੱਲ ਆ ਇਹ ਕੋਈ ਕਾਰ ਥੋੜੀ ਆ ਕਿ ਜੇ ਰਾਹ ਦੇ ਵਿੱਚ ਖੜੀ ਹੋ ਗਈ ਤੇ ਕੋਈ ਨਹੀਂ ਤੁਸੀਂ ਫਿਰ ਉਹਨੂੰ ਉਹ ਕੰਪਨੀ ਨੂੰ ਵਾਪਸ ਕਰਕੇ ਉਹਦੇ ਸਪੇਅਰ ਪਾਰਟਸ ਵਾਪਸ ਉਹ ਜਿੰਨਾ ਕੰਪਨੀ ਵਾਪਸ ਬੁਲਾ ਲਿੰਦੀ ਆ ਤੇ ਉਹਦੇ ਸਪੇਅਰ ਪਾਰਟ ਬਦਲ ਦੇਣਗੇ ਇਸ ਤਰ੍ਹਾਂ ਥੋੜੀ ਹੁੰਦਾ ਆ ਤੁਸੀਂ ਆਕਸੀਜਨ ਲਈ ਆ ਬੰਦੇ ਦੀ ਜਾਨ ਦਾ ਖਤਰਾ ਆ ਅੱਧਾ ਘੰਟਾ ਆਕਸੀਜਨ ਬੰਦ ਹੋ ਜੇ ਤੇ ਬੰਦੇ ਦੀ ਜਾਨ ਚਲੇ ਜਾਊਗੀ ਤੁਸੀਂ ਉਹ ਇਨਸਟਰੂਮੈਂਟ ਦੇ ਵਿੱਚ ਵੀ heira-pheri 2000 ਕਰੋੜ ਦੇ ਉਹ ਜਿਹੜੇ ਵੈਂਟੀਲੇਟਰ ਖਰੀਦੇ ਆ ਜੋ ਵਿੰਦਰ ਪ੍ਰਧਾਨ ਮੰਤਰੀ ਜਿਹੜੇ ਲੋਕਾਂ ਨੇ ਪੈਸੇ ਦਿੱਤੇ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਉਹਨਾਂ ਦੇ ਜਿਹੜਾ ਉਹਨਾਂ ਨੇ ਬਾਹਰੋਂ ਚਿਹਰਾ ਪਾਇਆ ਹੋਇਆ ਉਹਦੇ ਤੇ ਭਰੋਸਾ ਕਰਕੇ ਮਾਸਕ ਜਿਹੜਾ ਪਾਇਆ ਆ ਉਹਦੇ ਤੇ ਭਰੋਸਾ ਕਰਕੇ ਉਹਨਾਂ ਨੇ ਵੱਡਾ ਅਮਾਊਂਟ ਦਿੱਤਾ ਜਿਹੜਾ ਅਜੇ ਤੱਕ ਉਹਨਾਂ ਨੇ ਨੈੱਟ ਤੇ ਪਾ ਕੇ ਦੱਸਿਆ ਨਹੀਂਗਾ ਕਿ ਕਿੰਨੀ ਕਿੰਨਾ ਅਮਾਊਂਟ ਸਾਨੂੰ ਦਿੱਤਾ ਇਹਦੇ ਚ ਕੀ ਦਿੱਕਤ ਹੈ ਬਈ ਤੁਸੀਂ ਘਰ ਨੂੰ ਲੈ ਜਾਣਾ ਤੂੰ ਹੀ ਕੋਈ ਜੇਬ ਖਰਚਾ ਕੱਢਣਾ ਉਹਦੇ ਚ ਜੇ ਤੁਹਾਨੂੰ ਕਿਸੇ ਨੇ 100 ਕਰੋੜ 10 ਕਰੋੜ 10 ਲੱਖ 5 ਰੁਪਏ 10 ਰੁਪਏ ਦਿੱਤੇ ਨੈੱਟ ਤੇ ਪਾ ਦੋ ਤਾਂ ਬੰਦੇ ਨਹੀਂ ਹੈਗੇ ਤੁਹਾਡੇ ਕੋਲ ਉਹ ਸਾਰਾ ਪੈਸਾ ਤੁਹਾਨੂੰ ਹਿਸਾਬ ਕਿਤਾਬ ਕਿਉਂ ਨਹੀਂ ਦਿੰਦੇ ਤੁਸੀਂ ਦੁਨੀਆ ਨੂੰ ਆਪਣੇ ਤੌਰ ਤੇ ਉਹਦੇ 'ਚ ਵੀ ਹਿਰਾਫੇਰੀ ਕਰ ਲਈ ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਫੰਡ ਤੇ ਲੋਕਾਂ ਨੂੰ ਭਰੋਸਾ ਨਹੀਂ ਰਹੂ ਕਿ ਉਹ ਕਿਵੇਂ ਖਰਚਿਆ ਜਾਊ ਇਹ ਇੱਥੇ ਦੀ ਖਬਰ ਨਹੀਂ ਹੈ ਇਕੱਲੀ ਪੰਜਾਬ ਦੀ ਸਿਕੰਦਰ ਬਾਕੀ ਜਗ੍ਹਾ ਵੀ ਸਾਰੇ ਦੇਸ਼ 'ਚੋਂ ਇਹ ਖਬਰਾਂ ਆ ਰਹੀਆਂ ਕਿ ਜਿਹੜੇ ਇਹਨਾਂ ਨੇ ਵੈਂਟੀਲੇਟਰ ਆਪ ਖਰੀਦ ਕੇ ਲੋਕਾਂ ਦੇ ਸਿਰ 'ਚ ਮਾਰੇ ਆ ਉਹ ਚੱਲੇ ਨਹੀਂ ਹੈਗੇ ਇਹਦਾ ਮਤਲਬ ਤੇ ਤੁਸੀਂ ਕਿਹਦੇ ਤੇ ਕਿਹਦੇ ਕਿੱਥੋਂ ਕਿਹਦੀ ਮਾਂ ਨੂੰ ਮਾਸੀ ਕਹਿਣ ਲੋਕ ਇਸ ਲਈ ਜਿਹੜਾ ਹੁਣ ਸੰਕਟ ਚੋਂ ਲੰਘ ਰਹੇ ਅਸੀਂ ਸੁਖਵਿੰਦਰ ਜੀ ਆ ਕਾਫੀ ਪਾਰੀ ਹੈ ਨਾ ਹਾਂਜੀ ਅੱਜ ਤਾਂ ਬਈ ਵਿਚਾਲੇ ਜਿਹੜਾ ਦਿੱਲੀ ਦੇ ਵਿੱਚ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਕਹਿੰਦੇ ਉਹਦੇ ਉੱਤੇ ਹਜ਼ਾਰਾਂ ਕਰੋੜ ਰੁਪਏ ਖਰਚ ਆਣਾ ਉਹਨੂੰ ਲੈ ਕੇ ਵੀ ਅਦਾਲਤ ਦੇ ਵਿੱਚ ਇੱਕ ਰਿੱਟ ਪਈ ਹੈ ਉਹਨੂੰ ਰੋਕਣ ਦੇ ਲਈ ਕਿਹਾ ਗਿਆ ਜਾ ਰਿਹਾ ਕਿ ਜਿੱਥੇ ਖਰਚਾ ਕਰਨਾ ਉੱਥੇ ਕਰੋ ਤੁਸੀਂ ਇਹਨੂੰ ਛੱਡ ਦਿਓ ਵਿਸਰਾ ਪ੍ਰੋਜੈਕਟ ਉਹਨੂੰ ਸ਼ਾਇਦ ਕਹਿ ਰਹੇ ਨੇ ਆ ਸੈਂਟਰਲ ਵਿਜ਼ਟਾ ਕਹਿੰਦੇ ਆ ਉਹਨੂੰ ਉੱਥੇ ਦੇਖੋ ਕੋਈ ਵੀ ਜਿਹੜਾ ਅਥਾਰਟੀਰੀਅਨ ਮਾਈਂਡ ਹੁੰਦਾ ਆ ਨਾ ਜਿਹੜੇ ਅਥਾਰਟੀਰੀਅਨ ਮਾਈਂਡ ਦਾ ਮਤਲਬ ਜਿਹੜਾ ਆਪਣੇ ਆਪ ਨੂੰ ਜਿਹਦੀ ਮੈਂ ਬੜੀ ਹੁੰਦੀ ਆ ਔਰ ਆਪਣੇ ਆਪ ਨੂੰ ਸਭ ਤੋਂ ਵੱਡਾ ਹੀਰੋ ਸਮਝਦਾ ਜਿਵੇਂ ਕਿ ਅੱਜ ਕੱਲ ਪ੍ਰਧਾਨ ਮੰਤਰੀ ਸਾਡੇ ਉਹ ਆਪਣੇ ਆਪ ਨੂੰ ਸਮਝਦੇ ਹੈਗੇ ਉਹਨਾਂ ਨੇ ਇੱਕ ਨਵੀਂ ਸਕੀਮ ਕੱਢੀ ਆ ਵੀ ਜਦੋਂ ਤੁਸੀਂ ਪਹਿਲੀ ਇਹਦੀ ਲੋੜ ਕੀ ਸੀ ਟਾੜੀ ਕੁਲ ਜੇ ਲੋਕਾਂ ਦੀ ਪੜ੍ਹਾਈ ਲਈ ਗਰੀਬੀ ਲਈ ਰੋਟੀ ਰੋਟੀ ਖਾਣ ਲਈ ਉਹਨਾਂ ਨੂੰ ਪਚਾਉਣ ਲਈ ਜਾਂ ਹੋਰ ਕਿੰਨੀਆਂ ਜਿੱਥੋਂ ਦੇ 42 43% ਬੱਚਿਆਂ ਨੂੰ ਮੈਲ ਨਿਊਟ੍ਰੀਸ਼ਨ ਹੋਵੇ ਜਾਨੀ ਉਹਨਾਂ ਨੂੰ ਪੂਰੀ ਖਾਹਕ ਨਾ ਮਿਲਦੀ ਹੋਵੇ ਸਟੰਟਡ ਗਰੋਥ ਹੋਵੇ ਇਹ ਜੋ ਇਹਦੇ ਅੰਕੜੇ ਆਉਂਦੇ ਆ ਇਸੇ ਤਰੀਕੇ ਨਾਲ ਹੋਰ ਸਾਡੀਆਂ ਜਿਹੜੀਆਂ ਔਰਤਾਂ ਦੀ ਹਿਫਾਜ਼ਤ ਲਈ ਕੀ ਕੁਛ ਕਰਨ ਦੀ ਲੋੜ ਆ ਕਿਤਨਾ ਰੇਪ ਹੁੰਦੇ ਆ ਕਿਸ ਤਰ੍ਹਾਂ ਉਹਨਾਂ ਦਾ ਦੁਰਦਸ਼ਾ ਹੁੰਦੀ ਹੈ ਸਾਡੇ ਅੰਦਰ ਮਜ਼ਦੂਰਾਂ ਦੇ ਅਜੇ ਵੀ ਬੰਦੂਆ ਮਜ਼ਦੂਰ ਕੰਮ ਕਰਦੇ ਆ ਤੁਸੀਂ ਜਿੰਨੇ ਮਰਜ਼ੀ ਅੰਕੜੇ ਕਰ ਲਓ ਹਰ ਸਾਲ ਤੁਹਾਨੂੰ ਮਿਲਦੇ ਆ ਕ੍ਰਾਈਮ ਦੇ ਕਿਸ ਕਿਸਮ ਦੇ ਸਾਰਾ ਕੁਝ ਸਾਡੇ ਸਾਹਮਣੇ ਆ ਉਸ ਨੂੰ ਦੂਰ ਕਰਨ ਲਈ ਤੁਸੀਂ ਕੀ ਕਰਦੇ ਹੋ ਕੁਛ ਨਹੀਂ ਕਰਦੇ ਔਰ ਪੈਸਾ ਕਾਦੇ ਲੀ ਲਾਉਣਾ ਆ ਇੱਕ ਨਵੀਂ ਪਾਰਲੀਮੈਂਟ ਹਾਲ ਬਣਨਾ ਚਾਹੀਦਾ ਉੱਥੇ ਨਵੇਂ ਸ਼ੂਸ਼ੇ ਬਾਜੀ ਹੋਣੀ ਚਾਹੀਦੀ ਔਰ ਉਹਦੇ ਵਿੱਚ ਪ੍ਰਧਾਨ ਮੰਤਰੀ ਦਾ ਬਾਰ ਵੱਡਾ ਸਾਰਾ ਪੱਥਰ ਲੱਗਿਆ ਹੋਣਾ ਚਾਹੀਦਾ ਜਿਵੇਂ ਹੁਣ ਦੀ ਪਾਰਲੀਮੈਂਟ ਸਾਹਮਣੇ ਮਹਾਤਮਾ ਗਾਂਧੀ ਦਾ ਬਾਹਰ ਸਟੈਚੂ ਲੱਗਾ ਉੱਥੇ ਮੋਦੀ ਦਾ ਬਾਹਰ ਲੱਗਣਾ ਚਾਹੀਦਾ ਐਸ ਕੰਮ ਲਈ ਜਿੱਦ ਕਰ ਰਿਹਾ ਕਿ ਅਸੀਂ ਉੱਥੇ ਪਤਾ ਨਹੀਂ 15-20 ਹਜ਼ਾਰ ਕਰੋੜ ਰੁਪਈਆ ਤੇ ਘੱਟੋ-ਘੱਟ ਲੱਗੂਗਾ ਜਿੰਨਾ ਕ ਪੈਸਾ ਉੱਥੇ ਲੱਗ ਰਿਹਾ ਉਹਨੂੰ ਧੜਾ-ਤੱਟ 400 ਮਜ਼ਦੂਰ ਲਾਇਆ ਉਸ ਨੂੰ ਕਹਿੰਦੇ ਕਿ ਲੱਗਣਾ ਹੀ ਆ ਇਹ ਹੋਣਾ ਹੀ ਆ ਲੋਕਾਂ ਨੇ ਰੇਟ ਭਾਈ ਹੈ ਕਿ ਤੁਸੀਂ ਹਟਣਾ ਤੇ ਹੈ ਨਹੀਂ ਪਿੱਛੇ ਕਿਉਂਕਿ ਤੁਸੀਂ ਐਵੇਂ ਫਾਲਤੂ ਦਾ ਖਰਚਾ ਕਰਨਾ ਜਿਹੜੀ ਇੰਨਾ ਹਾਲਾਤਾਂ ਦੇ ਵਿੱਚ ਕਰਨ ਦੀ ਲੋੜ ਨਹੀਂ ਸੀ ਇਹਨੂੰ ਪੋਸਟਪੋਨ ਕੀਤਾ ਜਾ ਸਕਦਾ ਜੇ ਕਰਨਾ ਹੀ ਆ ਤੇ ਰੁਕ ਜਾਓ ਕਰੋਨਾ ਦਾ ਕੁਝ ਨਾ ਕੁਝ ਹਾਲਾਤ ਠੀਕ ਹੋ ਲੈਣ ਦੇ ਉੱਥੇ ਮਜ਼ਦੂਰ ਜਿਹੜੇ ਆ ਉਹ ਵੀ ਤੇ ਕਿਸੇ ਦੇ ਪੁੱਤ ਧੀਆਂ ਭਰਾ ਭੈਣ ਭਰਾ ਮਾਪੇ ਹੈਗੇ ਆ ਤੁਸੀਂ ਉਹਨਾਂ ਦੀ ਜਾਨ ਦੇ ਨਾਲ ਕਿਉਂ ਖਿਲਵਾੜ ਕਰਦੇ ਹੋ ਤੇ ਤੁਸੀਂ ਇਸ ਨੂੰ ਪੋਸਟਪੋਨ ਕਰ ਦਿਓ ਹੁਣ ਉਹਦੀ ਸਣਵਾਈ ਹੋਣੀ ਆ ਪਤਾ ਨਹੀਂ ਇਹ ਰੁਕਦੇ ਆ ਨਹੀਂ ਰੁਕਦੇ ਉਹ ਚ ਖਾਸियत ਇਹ ਹੈ ਕਿ ਪ੍ਰਧਾਨ ਮੰਤਰੀ ਦਾ ਮਕਾਨ ਅੰਦਰ ਹੀ ਹੋਊਗਾ ਉਹਦੇ ਚ ਤੇ ਅੰਦਰੋਂ ਅੰਦਰੀ ਰਾਮਨਾਥ ਮਤਲਬ ਆਪਣੀ ਸੁੱਖ ਸਹੂਲਤ ਲਈ ਉਥੇ ਉਸ ਨੂੰ ਜਾਨੀ ਸਿਰੇ ਲਾਉਣਾ ਔਰ ਦੂਸਰਾ ਜਿਵੇਂ ਅਹਮਦਾਬਾਦ ਦੇ ਵਿੱਚ ਆਪਣਾ ਕ੍ਰਿਕਟ ਸਟੇਡੀਅਮ ਤੇ ਆਪਣਾ ਨਾਮ ਲਿਖਾਇਆ ਇਹਦੇ ਤੇ ਆਪਣੇ ਨਾਮ ਲਿਖਾਉਣ ਲਈ ਤਰਲੋ ਮੱਛੀ ਹੋਏ ਹੋਇਆ ਕਿ ਮੇਰਾ ਇਤਿਹਾਸ ਦੇ ਵਿੱਚ ਨਾ ਹੋਵੇ ਇਤਿਹਾਸ ਚ ਨਾ ਮੋਦੀ ਜੀ ਇੰਜ ਨਹੀਂ ਹੋਣਾ ਹੈ ਉਹ ਤੇ ਕੁਝ ਕਰਮ ਚੰਗੇ ਕਰਕੇ ਜਾਓਗੇ ਲੋਕਾਂ ਲਈ ਕੁਝ ਨਵੇਂ ਸਹੂਲਤਾਂ ਸੁੱਖ ਸਹੂਲਤਾਂ ਪੈਦਾ ਕਰਕੇ ਜਾਓਗੇ ਕੋਈ ਨਵੀਆਂ ਸੋਲਿਡ ਪਾਲਿਸੀਆਂ ਲੈ ਕੇ ਆਓਗੇ ਇਹੋ ਜੀ ਉਹ ਯੋਜਨਾ ਨਹੀਂ ਜਿਹੜੀ ਪਹਿਲਾਂ ਕੁਝ ਲੋਕਾਂ ਨੂੰ ਜਿਹੜੀ ਉਹਨਾਂ ਦੀ ਹੈਲਥ ਦੀ ਪ੍ਰਧਾਨ ਮੰਤਰੀ ਹੈਲਥ ਦੀ ਯੋਜਨਾ ਬਣਾਈ ਆ ਉਹਦੇ ਚ ਤੇ ਕੁਝ ਨਹੀਂ ਨਿਕਲਿਆ ਆ ਤੁਹਾਡੇ ਸਾਹਮਣੇ ਸਾਰੇ ਲੋਕ ਇੰਜ ਡਿੱਗ ਰਹੇ ਆ ਜਿਵੇਂ ਕਿਸੇ ਗੈਸ ਦੇ ਨਾਲ ਪਮਕੜ ਜਿਹੜੇ ਛੁੱਟੇ ਜਾਂਦੇ ਆ ਜਿਵੇਂ ਹੈ ਇਹ ਹਾਲਤ ਦੇਸ਼ ਦੇ ਲੋਕਾਂ ਦੇ ਨਾਲ ਹੋ ਗਈ ਹੈ ਯੂਪੀ ਦੇ ਵਿੱਚ ਤੁਸੀਂ ਦੇਖੋ ਜਿੱਥੇ ਇਹਨਾਂ ਦਾ ਸਭ ਤੋਂ ਵੱਡਾ ਇਹ ਸੂਬਾ ਹੈਗਾ ਜਿੱਥੇ 80 ਤੋਂ ਵੱਧ ਪਾਰਲੀਮੈਂਟ ਹਲਕੇ ਆ ਗਏ 80 ਦੇ ਘੱਟੋ ਘੱਟ ਹੈ ਹੀ ਐ ਉਸ ਦੇ ਹਾਲਤ ਇਹ ਆ ਕਿ ਆਪਣੇ ਹੀ ਉਹਨਾਂ ਦੇ ਐਮ ਐਲ ਏ ਮਨਿਸਟਰ ਐਮ ਪੀ ਦਵੱਥਣਾ ਮਾਰ ਰਿਹਾ ਵੀ ਕੁਝ ਨਹੀਂ ਉਹ ਕਹੀ ਜਾਂਦਾ ਆਪਣਾ ਜਿਹੜਾ ਇਹਨਾਂ ਦਾ ਚੀਫ ਮਨਿਸਟਰ ਸਾਹਿਬ ਹੈਗੇ ਆ ਉਹ ਕਹੀ ਜਾਂਦੇ ਆ ਕਿ ਆਪਣਾ ਪਾਚੋਲਾ ਮੋਦੀ ਅੰਗੂ ਸਾਧੂਆਂ ਦਾ ਪਾਇਆ ਸਾਧੂਆਂ ਦਾ ਚੋਲਾ ਪਾ ਕੇ ਝੂਠ ਬੋਲੀ ਜਾਂਦੇ ਆ ਕੋਈ ਕਿਤੇ ਨਹੀਂ ਲੋਕਾਂ ਨੂੰ ਡਰਾਇਆ ਧਮਕਾਇਆ ਇੰਨਾ ਆ ਸੁਖਵਿੰਦਰ ਉਥੇ ਕਿ ਹਸਪਤਾਲਾਂ ਚ ਰਿਪੋਰਟ ਨਹੀਂ ਬਾਹਰ ਹੋਣ ਦੇਉਂਦੇ ਕੋਈ ਜਾ ਕੇ ਮੀਡੀਆ ਕੋਲ ਕਹਿੰਦਾ ਆਪਣਾ ਨਾਮ ਲੈ ਕੇ ਖਬਰ ਨਹੀਂ ਦੇਣੀ ਚਾਹੁੰਦਾ ਉਹ ਕਹਿੰਦੀ ਆ ਕਿ ਝੂਠੇ ਅੰਕੜੇ ਦਿਓ ਝੂਠੀਆਂ ਤੁਸੀਂ ਗੱਲਾਂ ਕਰੋ ਕਹਿ ਦੋ ਕਿ ਮੇਰੇ ਸਾਡੇ ਸਾਰਾ ਠੀਕ ਆ ਸਾਡੇ ਆਕਸੀਜਨ ਵੀ ਪੂਰੀ ਆ ਸਾਡੇ ਵੈਂਟੀਲੇਟਰ ਵੀ ਜਿਹੜੇ ਪ੍ਰਧਾਨ ਮੰਤਰੀ ਨੇ ਦਿੱਤੇ ਆ ਬੜੇ ਚੰਗੇ ਦਿੱਤੇ ਆ ਉਹ ਤੇ ਦੁੱਗਣੀ ਸਪੀਡ ਤੇ ਕੰਮ ਕਰਦੇ ਆ ਤੁਸੀਂ ਕਿਸੇ ਇਹ ਗੱਲ ਦੀ ਸਾਨੂੰ ਥੋੜਨੇ ਆ ਸਾਡੇ ਦੇ ਕੋਈ ਇੱਥੇ ਮੰੰਦੀ ਜਾਂ ਚੰਕਾ ਦੇਣ ਵਾਲੀ ਖਬਰ ਹੀ ਨਹੀਂ ਹੈ ਤੇ ਜਦੋਂ ਲਾਸ਼ਾਂ ਦੇਖਦੀਆਂ ਦਰਿਆ ਭਰੇ ਜਾਂਦੇ ਆ ਉਹਦਾ ਕੋਈ ਜਵਾਬ ਨਹੀਂ ਹੈਗਾ ਕੋਈ ਜਵਾਬ ਨਹੀਂ ਹੈ ਲੋਕਾਂ ਰਾਂਚ ਪੈ ਕੇ ਇੱਥੋਂ ਤੱਕ ਹਾਲਾਤ ਬਣ ਆਤੀ ਤੁਸੀਂ ਦੇਸ਼ ਦੀ ਇੰਨਾ ਕੰਗਾਲ ਕਰਤਾ ਕਿ ਬੰਦੇ ਦੀ ਡੈਥ ਹੋ ਜਾਂਦੀ ਉਸ ਨੂੰ ਲਾਸ਼ ਨੂੰ ਸਾਹਮਣੇ ਜੋਗੇ ਲੋਕਾਂ ਕੋਲ ਪੈਸੇ ਨਹੀਂ ਹੈਗੇ ਇਹਨਾਂ ਨੂੰ ਉਸ ਨਦੀ ਚ ਛਾਲ ਮਾਰ ਕੇ ਡੁੱਬ ਕੇ ਮਰਨ ਦੀ ਲੋੜ ਹੈਗੀ ਆ ਸਾਡੇ ਦੇਸ਼ ਦੇ ਅੰਦਰ ਸੁਖਵਿੰਦਰ ਐ ਜਿ ਕੋਈ ਨਹੀਂ ਹੋਰ ਦੇਸ਼ ਹੁੰਦਾ ਇਹੋ ਜੀ ਸਰਕਾਰ ਦਾ ਜਿਹੜਾ ਆ ਇੱਕਦਮ ਰੈਜ਼ੀਗਨੇਸ਼ਨ ਮੰਗ ਲੈਂਦਾ ਹੋਰ ਅਗਲੀ ਗੱਲ ਲੈ ਲਓ ਹਾਈ ਕੋਰਟ ਦੀ ਹਾਈ ਕੋਰਟ ਨੇ ਐਸ ਵੇਲੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਜੋ ਜੜੀਆਂ ਉੱਪਰ ਵਾਲੀਆਂ ਕੋਰਟਾਂ ਭਾਵੇਂ ਇਲੈਕਸ਼ਨ ਕਮਿਸ਼ਨ ਤੇ ਭਾਵੇਂ ਸੈਂਟਰ ਦੀਆਂ ਕੇਂਦਰ ਦੀਆਂ ਸਰਕਾਰਾਂ ਇਹ ਤਿੰਨੇ ਜ਼ਿੰਮੇਵਾਰ ਠਾਈਆਂ ਜਾਣੀਆਂ ਚਾਹੀਦੀਆਂ ਆ ਕਿ ਇਹਨਾਂ ਨੇ ਪੰਜਾਂ ਸੂਬਿਆਂ ਚ ਇੱਕ ਬਿਲਕੁਲ ਉਹੋ ਜੇ ਮਾਹੌਲ ਦੇ ਵਿੱਚ ਚੂਨਾ ਰੱਖ ਕੇ ਜਿੱਥੇ ਕਰੋਨਾ ਐਡੇ ਵੱਡੇ ਪੱਧਰ ਤੇ ਫੈਲਿਆ ਇਸ ਦੀ ਜ਼ਿੰਮੇਵਾਰੀ ਇਨ੍ਹਾਂ ਤੇ ਹੋਣੀ ਚਾਹੀਦੀ ਆ ਇਹ ਕੋਰਟ ਨਾ ਖੁਦ ਕਹਿ ਰੀਆਂ ਇਹ ਹਾਲਤ ਬਣੀ ਆ ਸਾਡੀ ਕਿ ਇਸ ਲਈ ਇਸ ਲਈ ਜੋ ਆਪਣਾ ਕੱਪੜੀ ਪਣੀ ਅੰਦੇਸ਼ ਦੇ ਅੰਦਰ ਜੋ ਇਸ ਵੇਲੇ ਜਾਣੀ ਕੋਈ ਕਿਸੇ ਦਾ ਮਾਪਾਪ ਜਿਸ ਤਰ੍ਹਾਂ ਨਜ਼ਰ ਨਾ ਆ ਰਿਹਾ ਹੋਵੇ ਕੋਈ ਕਾਨੂੰਨ ਨਾ ਰਿਹਾ ਹੋਵੇ ਕੋਈ ਕਿਸੇ ਕਿਸੇ ਦੀ ਉਮੀਦ ਨਾ ਰਹੀ ਹੋਵੇ ਕੋਈ ਰਾਹਤ ਨਾ ਮਿਲ ਰਹੀ ਹੋਵੇ ਹਾਲ ਦੁਹਾਈ ਪਈ ਹੋਵੇ ਜਣੀ ਮਾਵਾ ਨੂੰ ਪੁੱਤ ਭੁੱਲੇ ਹੋਣ ਜਿਵੇਂ ਹੁੰਦਾ ਜਿਵੇਂ ਕਿਸੇ ਵੇਲੇ ਵਾਰ ਸਿਚੁਏਸ਼ਨ ਚ ਬਹੁਤ ਵੱਡਾ ਜਾਂ ਬਹੁਤ ਵੱਡਾ ਕੋਈ ਫੀਮਨ ਪੈ ਜਾਵੇ ਜਾਂ ਬਹੁਤ ਵੱਡਾ ਕੋਈ ਤਰਾਸ ਜੀ ਹੋ ਜਾਵੇ ਉਸ ਕਿਸਮ ਦੀ ਹਰਹਾਤਿਆ ਇਸ ਹਾਲਾਤ ਵਿੱਚ ਕੋਈ ਵੀ ਸੁਖਵਿੰਦਰ ਦੇਸ਼ ਹੋਰ ਹੁੰਦਾ ਇਹੋ ਜੀ ਸਰਕਾਰ ਦਾ ਪ੍ਰਧਾਨ ਮੰਤਰੀ ਖੁਦ ਹੀ ਆਪਣੇ ਆਪ ਨੂੰ ਰਜਾਇਨ ਦੇ ਕੇ ਪਰਾਂ ਹੋ ਜਾਂਦਾ ਮੈਂ ਇਨਾਂ ਮੌਤਾਂ ਦਾ ਜ਼ਿੰਮੇਵਾਰ ਹਾਂ ਮੈਂ ਇਸ ਹਾਲਾਤਾਂ ਦਾ ਜ਼ਿੰਮੇਵਾਰ ਇੰਝ ਕਹਿ ਕੇ ਮਾਫ ਕਰਨਾ ਜੋ ਹੋਇਆ ਮੈਂ ਰਜਾਇਨ ਕਰਦਾ ਕੋਈ ਵੀ ਬੰਦਾ ਹੋਰ ਮੇਰੀ ਜਗ੍ਹਾ ਆਊਗਾ ਉਹ ਮੇਰੇ ਨਾਲੋਂ ਬੈਟਰ ਮੈਨੇਜ ਕਰੂਗਾ ਮੈਨੂੰ ਮਾਫ ਕਰਨਾ ਮੈਂ ਬਹੁਤ ਵੱਡਾ ਕੁਕਰਮ ਕੀਤਾ ਬਹੁਤ ਵੱਡਾ ਧੋਖਾ ਕੀਤਾ ਲੋਕਾਂ ਦੇ ਨਾਲ ਨਹੀਂ ਕਰਨਗੇ ਇਹ ਤੇ ਉਲਟਾ ਸਗੋਂ ਆਪਣੇ ਹੋਰ ਕੋਈ ਨਵੇਂ ਮਾਸਕ ਬਹਿਣ ਕੇ ਨਵੇਂ ਚੂਲੇ ਪਹਿਨ ਕੇ ਨਵੇਂ ਕੋਈ ਰੂਪ ਧਾਰਨ ਕਰਕੇ ਲੋਕਾਂ 'ਚ ਫਿਰ ਆ ਜਾਣਗੇ ਕਿ ਵੋਟਾਂ ਮੰਗਣ ਇੱਥੇ ਸਾਡੇ ਕੋਈ ਵੱਡਾ ਕੰਮ ਚਾਹੀਦਾ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਲੋਕ ਸਾਰਿਆਂ ਉਹ ਅਜੇ ਤੇ ਦਬੇ ਆ ਅਜੇ ਤੇ ਉਹ ਸੰਕਟ ਵਿੱਚ ਆ ਜਿਉਂ ਹੀ ਬਾਹਰ ਆਉਣਗੇ ਇੰਨਾਂ ਗੱਲਾਂ ਦਾ ਜਵਾਬ ਤੇ ਜਰੂਰ ਸਿਖਵਿੰਦਰ ਜੀ ਮੰਗਣਗੇ ਹਾਂਜੀ ਕੋਪਾ ਬੈਤ ਤਾਂ ਸਾਰਾ ਦੇਸ਼ ਜਿਹੜਾ ਆ ਉਹ ਕੋਰੋਨਾ ਵਾਇਰਸ ਦੀ ਅੱਗ ਦੇ ਵਿੱਚ ਘੁੱਟ ਰਿਹਾ ਸਾਰੇ ਪਾਸੇ ਹਾਹਕਾਰ ਹੈ ਪਰ ਸਾਡੇ ਇਧਰ ਜਾਂ ਕਹਿ ਲਓ ਕਿ ਕਾਂਗਰਸ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ ਕੋ ਇਹਨਾਂ ਨੂੰ ਕੁਰਸੀ ਦਾ ਫਿਕਰ ਹੈ ਇਹਨਾਂ ਨੂੰ ਇਹ ਨਹੀਂ ਫਿਕਰ ਕਿ ਲੋਕਾਂ ਦੇ ਨਾਲ ਕੀ ਬੀਤ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਹੁਣ ਦਲਤਾਂ ਦਾ ਮੁੱਦਾ ਚੁੱਕ ਲਿਆ ਅਖੇ ਦਲਤਾਂ ਨੂੰ ਪੰਜਾਬ ਦੇ ਵਿੱਚ ਉਹ ਅਗਵਾਈ ਨਹੀਂ ਮਿਲੀ ਰਾਖਵੇਂ ਕਰਨ ਦੇ ਵਿੱਚ ਘੱਟ ਗਿਣਤੀ ਨੇ ਉਹਨਾਂ ਨੂੰ ਉਹ ਅਗਵਾਈ ਨਹੀਂ ਮਿਲੀ ਹੁਣ ਇਹਨਾਂ ਨੂੰ ਜਦੋਂ ਆਪਣੀ ਕੁਰਸੀ ਕਿਸਕ ਦੀ ਨਜ਼ਰ ਆਉਂਦੀ ਹੈ ਤਾਂ ਇਹਨਾਂ ਨੂੰ ਨਜ਼ਰ ਆਉਣ ਲੱਗੇ ਕਿਸ ਸਾਨੂੰ ਆਪਣਾ ਹੱਕ ਚਾਹੀਦਾ ਸਾਨੂੰ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਉਹ ਜਿਵੇਂ ਬੰਦੇ ਜਿਹੜੇ ਆ ਨਾ ਸਾਡੇ ਜਿਹੜੇ ਰਾਜਨੀਤਿਕ ਲੀਡਰ ਬੜੇ ਸ਼ੋਹਦੇ ਤੇ ਬੜੇ ਕਮੀਨੇ ਹੁੰਦੇ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਬਹੁਤੇ ਇਹੋ ਜਿਹੇ ਆ ਉਹਨਾਂ ਨੂੰ 24 ਘੰਟੇ ਸੱਤਾ ਦੇ ਜਿਹੜੇ ਸਮੁੰਦਰ ਚ ਕਿਵੇਂ ਤਰਨਾ ਉਹਦੇ ਸਪਨੇ ਆਉਂਦੇ ਆ ਉਹ ਉਧਰ ਨੂੰ ਹੀ ਉਹਨਾਂ ਦਾ ਮਾਈਂਡ ਸੈਟ ਉਹਨਾਂ ਦੀ ਟ੍ਰੇਨਿੰਗ ਈ ਆ ਐਸ ਵੇਲੇ ਜਿਹੜੀਆਂ ਫੁੱਲੀਆਂ ਭਾਜਪੀ ਨੇ ਪਾਤੀਆਂ ਥੇ ਆਰਐਸਐਸ ਵੀ ਕਾਫੀ ਕੁੰਮ ਕੇ ਗੇੜੇ ਲਾ ਕੇ ਗਈ ਹੈ ਕਿ ਦੇਖੋ 32% ਓਵਰਆਲ ਦਲਿਤ ਪਾਪੂਲੇਸ਼ਨ ਹੈ ਪੰਜਾਬ ਚ 37% ਉਹ ਰੂਰਲ ਏਰੀਏ ਦੇ ਵਿੱਚ ਹੈਗੀ ਹੈ ਪਿੰਡੂ ਏਰੀਏ ਦੇ 37% ਸਾਡੇ ਦਲਿਤ ਪਾਈ ਜਾ ਰਹਾ ਹੈਗਾ 3000 ਤੋਂ ਉੱਪਰ ਇਹੋ ਜਿਹੇ ਪਿੰਡ ਆ ਜਿੱਥੇ ਉਹ 40% ਤੋਂ ਉੱਪਰ ਆ ਦੁਆਬੇ ਦੇ ਖਾਸ ਕਰਕੇ ਬਹੁਤ ਸਾਰੇ ਇਹੋ ਜਿਹੇ ਪਿੰਡ ਹੈਗੇ ਇਨ੍ਹਾਂ ਇਸ ਗੱਲ ਦਾ ਫਾਇਦਾ ਠਾ ਕੇ ਜਿਹੜੀ ਭੇਲੀ ਛੁੱਟੀ ਆ ਬੀਜੇਪੀ ਨੇ ਤੇ ਆਰਐਸਐਸ ਨੇ ਮਿਲ ਕੇ ਪੰਜਾਬ ਚ ਕਿ ਦਲਿਤ ਦਾ ਚੀਫ ਮਿਨਿਸਟਰ ਬਣਨਾ ਚਾਹੀਦਾ ਮੈਨੂੰ ਇਹ ਦੱਸੋ ਕਿ ਪ੍ਰਧਾਨ ਮੰਤਰੀ ਕਿਹੜਾ ਉਥੇ ਜੱਟ ਬਣਿਆ ਜਾਂ ਕੋਈ ਪੰਡਤ ਬਣਿਆ ਜਾਂ ਕੋਈ ਹੋਰ ਬਣਿਆ ਵੈਸੇ ਉਹਦੇ ਬਾਰੇ ਵੀ ਬੜੀ ਕੰਟਰੋਵਰਸੀ ਆ ਜਿਵੇਂ ਉਹਨਾਂ ਦੀ ਬੀਏ ਦੀ ਡਿਗਰੀ ਬਾਰੇ ਕੰਟਰੋਵਰਸੀ ਆ ਐਵੇਂ ਹੀ ਉਹਨਾਂ ਦੇ ਬਾਰੇ ਵੀ ਕੰਟਰੋਵਰਸੀ ਆ ਕਿ ਕਦੀ ਉਹਨਾਂ ਨੇ ਚਾਹ ਵੇਚੀ ਆ ਕਿ ਨਹੀਂ ਵੇਚੀ ਇਹ ਹੀ ਪਤਾ ਲੱਗਦਾ ਕਿ ਉਹਨਾਂ ਦਾ ਕੋਈ ਚਾਚਾ ਜਾਂ ਕੋਈ ਰਿਸ਼ਤੇਦਾਰ ਉਹਦੀ ਕੰਟੀਨ ਸੀ ਉਥੇ ਕਦੀ-ਕਦੀ ਜਾ ਕੇ ਬਹਿੰਦੇ ਸੀਗੇ ਬਸ ਇਹੋ ਵਾਰਤ ਕੋਈ ਉਹਨਾਂ ਨੇ ਚਾਹ ਦਾ ਠੇਲਾ ਜਾਂ ਲਾਇਆ ਜਾਂ ਕਿਦਾਂ ਲੋਕਾਂ ਨੇ ਚੁਣੌਤੀ ਕੀਤੀ ਆ ਕਿ ਸਾਨੂੰ ਇਹ ਦੱਸਣ ਇਸੇ ਤਰੀਕੇ ਨਾਲ ਉਹਨਾਂ ਨੇ ਆਪਣੀ ਜਾਤ ਬਾਰੇ ਵੀ ਕਿ ਉਹ OBC ਹੈਗੇ ਆ ਇਹ ਉਹਦੇ ਬਾਰੇ ਵੀ ਕਾਫੀ ਕੰਟਰੋਵਰਸੀ ਹੈਗੀ ਆ ਉਹ ਅਸਲ ਵਿੱਚ ਵੈਸ਼ਿਆ ਮਤਲਬ ਜਿਹੜੇ ਅਪਰ ਕਾਸਟ ਨਾਓ ਨੋ OBC ਦੇ ਵਿੱਚੋਂ ਆਉਂਦੇ ਆ ਅਮੀਰਾਂ ਚੋਂ ਆਉਂਦੇ ਆ ਪਰ ਉਹਦੇ ਵਿੱਚ ਉਹਨਾਂ ਨੇ ਆਪਣਾ 2000 ਕੋਈ 2 ਚ ਕਹਿੰਦਾ ਕੋਈ 2096 ਚ ਕਹਿੰਦਾ ਕਿ ਆਪਣਾ ਗੁਜਰਾਤ ਦੇ ਵਿੱਚ OBC ਦੀ ਲਿਸਟ ਵਿੱਚ ਆਪਣੇ ਆਪ ਨੂੰ ਪਵਾ ਲਿਆ ਤੇ ਲੀ ਕਹਿੰਦੇ ਆ ਹਮ ਇਸਲੀ ਜੇ ਇਸ ਪ੍ਰਧਾਨ ਮੰਤਰੀ ਦਾ ਯਾਨੀ ਇਸ ਪਦਰ ਤੇ ਦਿਮਾਗ ਇਧਰ ਨੂੰ ਚੱਲਦਾ ਹੋਵੇ ਮੈਂ ਅਗਲੀ ਗੱਲ ਕਹਿਣੀ ਚਾਹੁੰਦਾ ਸੀ ਜਿਹੜਾ ਤੁਹਾਡਾ ਸਵਾਲ ਸੀ ਚਲੋ ਕਿਸੇ ਤਰੀਕੇ ਨਾਲ OBC ਬਣਾ ਹੀ ਲਿਆ ਪ੍ਰਧਾਨ ਮੰਤਰੀ ਬਣ ਗਿਆ ਲੈ ਚੀਫ ਮਿਨਿਸਟਰ ਤੇ ਨਹੀਂ ਪ੍ਰਧਾਨ ਮੰਤਰੀ ਉਹ ਵੀ ਜਵੇ ਵਾਲਾ ਜ਼ਬਰਦਸਤ ਜਿਹੜਾ ਕਿਸੇ ਨੂੰ ਕੁਝ ਨਹੀਂ ਸਮਝਦਾ ਨਾਲ ਜਦੋਂ ਉਹਦੇ ਖਾਸ ਕਰਕੇ ਅਮਿਤ ਸ਼ਾਹ ਹੋਵੇ ਦੋਵੇਂ ਗਜਰਾਤੀ ਐ ਸਾਰੇ ਦੇਸ਼ ਦੇ OBC ਹੁਣ ਖਸ਼ਾਲ ਹੋ ਗਏ ਆ ਸਾਰੇ ਦੇਸ਼ ਦੇ ਲਾਲਾ ਲੱਲਾ ਹੋ ਗਈ ਆ ਸਾਰੇ ਯਾਨੀ ਸਾਰਿਆਂ ਨੂੰ ਰਿਜ਼ਰਵੇਸ਼ਨ ਮਿਲ ਗਈ OBCਆਂ ਤੁਸੀਂ ਕੀ ਲੋਕਾਂ ਦਾ ਬੇਬਕੂ ਬਣਾਉਣਾ 24 ਘੰਟੇ ਚੱਲੇ ਚੱਲੇ ਰਹਿਣੇ ਆ ਹੈਨਾ ਕਿ ਫਲਾਣਾ OBC ਆ ਫਲਾਣਾ ਦਲਿਤ ਆ ਫਲਾਣਾ ਫਲਾ ਉਹ ਲੋਕਾਂ ਨੂੰ ਜਾਤਾਂ ਧਰਮਾਂ ਬੋਲੀਆਂ ਵੰਡਾਂ ਭਾਗੇ ਕਿਸੇ ਨਾ ਕਿਸੇ ਤਰੀਕੇ ਨਾਲ ਵੋਟਾਂ ਲੈਣ ਦਾ ਜਗਾੜ ਜਿਹੜਾ ਚੱਲਦਾ ਰਹਿੰਦਾ ਹੁਣ ਇਹ ਇੱਥੇ ਰੌਲਾ ਪਾਤਾ ਮੈਂ ਤਾਂ ਪ੍ਰਧਾਨ ਮੰਤਰੀ ਤੋਂ ਲਿਆ ਕਿ ਉਹ ਤੇ ਆਪਣੇ ਆਪ ਨੂੰ OBC ਕਹਿੰਦੇ ਕਿ ਮੈਂ ਤੇਲੀ ਹਾਂ ਆਪ ਇੰਟਰੋਡਿਊਸ ਕੀਤਾ 2002 ਚ ਇਹਨਾਂ ਨੇ ਇਹ ਵੀ ਇੱਕ ਚਰਚਾ ਹੈਗੀ ਕਿ ਇਹਨਾਂ ਨੇ ਆਪ 2004 ਮਹੀਨੇ ਚੀ ਮੰਤਰੀ ਬਣਨ ਤੋਂ ਬਾਅਦ 2002 ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ OBC ਦੀ ਲਿਸਟ ਵਿੱਚ ਪਾਇਆ ਖੈਰ ਚਲੋ ਇਹ ਤੇ ਆਪਾਂ ਨਹੀਂ ਜਾਣਦੇ ਇਥੇ ਚੀਫ ਮਿਨਿਸਟਰ ਤੇ ਬਣ ਵੀ ਜਾਓ ਮੰਨ ਲਓ ਬੀਜੇਪੀ ਚੀਫ ਮਿਨਿਸਟਰ ਬਣਾ ਦਿੰਦੀ ਹੈ ਕਿਸੇ ਦਲਿਤ ਪਾਈ ਜਾ ਰਹੀ ਤਾਂ ਕਿ ਇਥੇ ਦੇ ਦਲਿਤ ਫਿਰ ਸਾਰੇ ਖੁਸ਼ਹਾਲ ਹੋ ਜਾਣਗੇ ਇਹ ਜਿਹੜੀ ਪਾਰਟੀ ਦਾ ਆਧਾਰੀ ਦਲਿਤ ਬਣੇ ਜਿਨ੍ਹਾਂ ਨੇ ਬਣਾਏ ਆ ਜਿਸ ਪਾਰਟੀ ਦੀ ਸੋਚ ਨੇ ਇਡਿਆਲੋਜੀ ਨੇ ਵਿਚਾਰਧਾਰਾ ਨੇ ਦਲਤਾਂ ਨੂੰ ਪੈਦਾ ਕੀਤਾ ਔਰ ਉਹਨਾਂ ਨੂੰ ਵੰਡੀਆਂ ਪਾਈਆਂ ਮਨੁਵਾਦੀ ਸੋਚ ਨੇ ਕੀਤਾ ਐਸੀ ਤੇ ਨਹੀਂ ਕੀਤਾ ਬੁੱਧਿਜ਼ਮ ਨੇ ਤੇ ਨਹੀਂ ਕੀਤਾ ਗੁਰੂ ਨਾਨਕ ਨੇ ਤੇ ਨਹੀਂ ਕੀਤਾ ਜੈਨਿਜ਼ਮ ਨੇ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਤੁਸੀਂ ਕੀਤਾ ਔਰ ਹੁਣ ਤੁਸੀਂ ਕਹਿਣੀਆਂ ਕਿ ਅਸੀਂ ਉਹਨਾਂ ਨੂੰ ਚੀਫ ਮਿਨਿਸਟਰ ਬਣਾ ਕੇ ਖੁਸ਼ਹਾਲ ਕਰਾਂਗੇ ਏਮਪਾਵਰ ਕਰਾਂਗੇ ਕਿਉਂ ਬੀਬੂ ਕੋ ਬਣਾਉਣ ਲੱਗੇ ਹੋਇਆ ਜੇ ਮੋਦੀ ਕੋਈ OBC ਦਾ ਨਹੀਂ ਕਰ ਸਕਿਆ ਤੇ ਪੰਜਾਬ ਚ ਵੀ ਤੁਹਾਡੀ ਪਾਰਟੀ ਦੀ ਟਿਕਟ ਤੇ ਜੇ ਕੋਈ ਸੀਐਮ ਦਲਿਤ ਨੂੰ ਖੜਾ ਕਰਕੇ ਇਹ ਤੁਸੀਂ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਆ ਕਿ ਅਸੀਂ ਇੱਥੇ ਵਾਰੇ ਨਿਆਰੇ ਕਰ ਦਾਂਗੇ ਤੇ ਇਹ ਬਿਲਕੁਲ ਸ਼ਰਮ ਧੋਖਾ ਤੇ ਫਰੇਬ ਤੇ ਉਹਨਾਂ ਨਾਲ ਇੱਕ ਕਿਸਮ ਦੀ ਬਕੌਲੀ ਹੋਊਗੀ ਇਸੇ ਗੱਲ ਨੂੰ ਲੈ ਕੇ ਬਾਕੀ ਪਾਰਟੀਆਂ ਚ ਵੀ ਸੁਖਵਿੰਦਰ ਫਿਰ ਹਿੱਲ ਜੁਲ ਹੋ ਗਈ ਹੋਰ ਕਾਲੀਦਾ ਨੇ ਕਹਤਾ ਸੀ ਜੀ ਪਰ ਉਪ ਮੁੱਖ ਮੰਤਰੀ ਮੈਂ ਕਿਹਾ ਅਕਾਲੀ ਦਲ ਨੂੰ ਕੱਲਾ ਢਾਲੇ ਤੋਂ ਉਪ ਮੁੱਖ ਮੰਤਰੀ ਕਿਉਂ ਬਿਗਣਾ ਬਣਾਉਣਾ ਚਾਹੀਦਾ ਇੱਕ OBC ਵੀ ਉਪ ਮੁੱਖ ਮੰਤਰੀ ਬਣਾ ਦੇਣ ਇੱਕ ਕਿਸੇ ਔਰਤ ਨੂੰ ਵੀ ਬਣਾ ਦੇਣ ਉਪ ਮੁੱਖ ਮੰਤਰੀ ਤੇ ਤੁਸੀਂ 4-5 ਵੀ ਬਣਾ ਸਕਦੇ ਇੱਕ ਸੂਬੇ ਚ 5 ਬਣੇ ਸੀਗੇ ਅੱਗੇ ਉਹਦੇ ਚ ਕੋਈ ਦਿੱਕਤ ਨਹੀਂ ਐ ਸਭ ਨੂੰ ਖਿੱਤੇ ਲਾ ਦਿਓ ਕੋਈ ਗੱਲ ਨਹੀਂ ਛੰਡੀ ਦੇਣੀ ਐ ਕਾਰ ਦੇਣੀ ਐ ਉਹਦੇ ਚ ਕੀ ਐ ਬਾਬਾਦੂ ਤੇ ਕੁਛ ਨਹੀਂ ਉਹਨਾਂ ਨੂੰ ਤੁਹਾਨੂੰ ਦੇਣਾ ਨਹੀਂ ਪੈਣਾ ਉਹਦੇ ਕੋ ਕੋਠੀ ਵੀ ਮਿਨਿਸਟਰ ਵਾਲੀ ਥਾਂ ਕੋਈ ਇੱਕ ਛੱਡੀ ਦੇਣੀ ਆ ਬਸ ਵੀ ਆ ਉਪ ਮੁੱਖ ਮੰਤਰੀ ਆ ਸਭ ਨੂੰ ਦੇ ਦਿਓ ਇਸੇ ਤਰੀਕੇ ਦੇ ਨਾਲ ਕਾਂਗਰਸ ਦੇ ਅੰਦਰ ਵੀ ਉਹਨਾਂ ਨੇ ਮੰਗ ਸ਼ੁਰੂ ਕਰਤੀ ਆ ਜਿਹੜਾ ਚੰਨੀ ਵਾਲੀ ਗੱਲ ਆ ਕਿ ਵੀ ਇਕੱਠੇ ਹੋ ਜੋ ਮੌਕਾ ਲੱਗ ਗਿਆ ਹੁਣ ਆਪਾਂ ਉਪ ਮੁੱਖ ਮੰਤਰੀ ਬਣਨਾ ਮੈਂ ਹੁਣ ਇਸ ਗੱਲ ਦੇ ਦੋਨੋਂ ਜਿਹੜੇ ਪਾਸੇ ਆ ਉਹਦੇ ਤੇ ਦੱਸਣਾ ਚਾਹੁੰਦਾ ਨੰਬਰ 1 ਇਹ ਡਿਊ ਰਾਈਟ ਹੈਗਾ ਆ ਦਲਿਤ ਪਾਈਚਾਰੇ ਦਾ ਗਰੀਬਾਂ ਦਾ ਗਰੀਬ ਕਿਸਾਨਾਂ ਦਾ ਕਿ ਉਹ ਸੱਤਾ ਚਾਹਣ ਔਰ ਆਪਣੇ ਜਿਹੜੇ ਸਾਰੇ ਜਿਹੜੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਆਪ ਸੰਭਾਲਣ ਐ ਏਮਪਾਵਰਡ ਹੋ ਇਹ ਉਹਨਾਂ ਦਾ ਵੀ ਮੌਕਾ ਸਾਰੇ ਹਮੇਸ਼ਾ ਕੋਈ ਇਹ ਥੋੜੀ ਅੱਗੇ ਜਿਹੜੇ ਸ਼ਕਤੀ ਵਾਲੇ ਲੋਕ ਆ ਉਹ ਹੀ ਹਮੇਸ਼ਾ ਰਾਜ ਦੇ ਗੱਦੀਆਂ ਤੇ ਬੈਠਣਗੇ ਔਰ ਇੱਕ ਤੋਂ ਬਾਅਦ ਜੇ 10 ਕਰੋੜ ਬਣ ਗਿਆ ਉਤੋਂ 100 ਬਣਾ ਲਿਆ 100 ਤੋਂ 1000 ਬਣਾ ਲਿਆ ਤੁਸੀਂ ਮੋٹے ਹੁੰਦੇ ਜਾਓਗੇ ਤੇ ਬਾਕੀ ਦਿਆਂ ਦਾ ਲਹੂ ਪੀ ਜਾਓਗੇ ਇਹਨਾਂ ਦੀ ਵਾਰੀ ਆਉਣੀ ਚਾਹੀਦੀ ਐ ਇਹ ਤੇ ਇਹਦੀ ਇੱਕ ਚੰਗੀ ਸੋਚ ਦੀ ਗੱਲ ਪਰ ਜਿਸ ਢੰਗ ਨਾਲ ਇਹ ਲੋਕ ਲੱਗੇ ਹੋਏ ਆ ਭਾਵੇਂ ਉਹ ਚੰਨੀ ਮੇਰੇ ਵੀਰ ਹੋਣ ਜਾਂ ਹੋਰ ਅਕਾਲੀ ਦਲ ਜਾਂ ਇਹ ਪਾਰਟੀਆਂ ਵਾਲੇ ਲੱਗੇ ਆ ਉਹ ਆਪਣੀ ਸੱਤਾ ਨੂੰ ਮਜ਼ਬੂਤ ਕਰਨੀ ਲੱਗੇ ਆਪਣੀ ਪਾਰਟੀ ਦੇ ਸੱਤਾ ਨੂੰ ਮਜ਼ਬੂਤ ਕਰਨੀ ਲੱਗੇ ਆ ਨਾ ਕਿ ਅਸਲ ਮਾਨੇ ਅਜ ਕਿਸੇ ਦਲਤ ਦਾ ਕੋਈ ਫਾਇਦਾ ਕਰਨੀ ਲੱਗੇ ਆ ਅਗਲੀ ਗੱਲ ਮੈਂ ਲਾਜ਼ਮ ਜ਼ਰੂਰ ਕਹਿਣੀ ਚਾਹੁੰਦਾ ਜੇ ਟਾਈਮ ਹੈਗਾ ਤੇ ਸੁਖਵਿੰਦਰ ਜੀ ਹਾਂ ਸੁਖਵਿੰਦਰ ਜੀ ਦੇਸ਼ ਜਿਸ ਕਿਸਮ ਦੀ ਬੇਪਰੋਸਗੀ ਤੇ ਸੰਕਟ ਚੋਂ ਲੰਘ ਰਿਹਾ ਇਕੱਲਾ ਸੰਕਟ ਰਾਜਨੀਤਿਕ ਭਰੋਸਗੀ ਦਾ ਹੀ ਨਹੀਂ ਹੈਗਾ ਕੱਲਾ ਸੰਕਟ ਸਾਡੇ ਸਮਾਜ ਦੀ ਕਮਜ਼ੋਰੀ ਜਿੱਥੇ ਬਹੁਤ ਡਿਵੀਜ਼ਨ 6000 ਤੋਂ ਉੱਪਰ ਇੱਥੇ ਜਾਤਾਂ ਦੇ ਕਈ ਕੁਛ ਇੱਥੇ ਸਾਨੂੰ ਵੰਡਿਆ ਹੋਇਆ ਅਸੀਂ ਕਦੀ ਇਕੱਠੇ ਹੋ ਹੀ ਨਹੀਂ ਸਕਦੇ ਇੱਥੇ ਸਭ ਤੋਂ ਵੱਡੀ ਜਿਹੜੀ ਨਵੀਂ ਦਿੱਕਤ ਆ ਰਹੀ ਆ ਉਹ ਆ ਰਹੀ ਆ ਆਰਥਿਕ ਆਰਥਿਕ ਜਿੱਥੇ ਕਿਸੇ ਵੇਲੇ ਆਪਾਂ ਇਹ ਸਮਿਦੇਸ਼ੀ ਕੇ ਸਾਡਾ ਜਿਹੜਾ ਆ ਸਾਲ ਆ ਇਹਦੇ ਚ 10 ਤੋਂ 12% ਜੀਡੀਪੀ ਜਿਹੜੀ ਆ ਗਰੋ ਕਰੂਗੀ ਮੈਨੂੰ ਲੱਗਦਾ ਕਿ ਸਾਡੀਆਂ ਪਹਿਲਾਂ ਜੇ ਪਹਿਲੀਆਂ ਚਾਰ ਰੋਟੀਆਂ ਜਿਹੜੀਆਂ ਖਾਣੇ ਰੋਟੀਆਂ ਉਥੇ ਤੱਕ ਜੇ ਅਸੀਂ ਚੱਲਦੇ ਰਹੀਏ ਤੇ ਉਨਾ ਹੀ ਬਹੁਤ ਆ ਐਸ ਵੇਲੇ ਤੁਸੀਂ ਮੰਨੋਗੇ ਨਹੀਂ ਸਾਨੂੰ ਸਾਡਾ ਦੇਸ਼ ਇਹੋ ਜੇ ਇੱਕ ਐਡੇ ਵੱਡੇ ਆਰਥਿਕ ਸੰਕਟ ਦੇ ਬਰੂਹਾਂ ਤੇ ਖੜਿਆ ਕਾਰਨ ਉਹਦਾ ਮੈਂ ਦੱਸਦਾ ਕੀ ਹੈ ਕਾਰਨ ਇਹ ਨਹੀਂ ਹੈ ਕਿ ਇਹ ਕੋਈ ਹੋਰ ਵੱਡਾ ਕੋਈ ਉਤਰੋਂ ਬੰਬ ਛੈਲ ਡਿੱਗ ਪਿਆ ਪਿੰਡਾਂ 'ਚ ਚਲੇਗੀ ਕਰੋਨਾ ਜਦੋਂ ਪਿੰਡਾਂ 'ਚ ਏਡੇ ਵੱਡੇ ਪੱਤਰ ਤੇ ਫੈਲ ਗਈ ਤੇ ਪਿਛਲੀ ਵਾਰੀ ਜੇ ਤੁਹਾਡੀ ਜੀਡੀਪੀ ਜਾਂ ਕੁਝ ਵੀ بچਿਆ ਸੀ ਉਹ ਪਿੰਡਾਂ ਕਰਕੇ بچਿਆ ਸੀ ਐਸੇ ਵੀ ਜਿਹੜੀ ਕਣਕ ਆ ਕਿਉਂਕਿ ਉਦੋਂ ਕਰੋਨਾ ਆਜੇ ਨਹੀਂ ਸੀ ਇੰਨਾ ਤੇ ਪਹਿਲਾਂ ਨਾਲੋਂ ਪਿਛਲੇ 10 ਸਾਲਾਂ ਨਾਲੋਂ ਪੰਜਾਬ 'ਚ ਜ਼ਿਆਦਾ ਪ੍ਰਕਿਊਰ ਹੋਈ ਹੈ ਉਹ ਜਦੋਂ ਏਡੀ ਵੱਡੀ ਪੱਧਰ ਤੇ ਉਥੇ ਡੀਮੋਬਿਲਾਈਜੇਸ਼ਨ ਹੋ ਜੂਗੀ ਲੋਕਾਂ ਦੇ ਸਾਰੇ ਸਰੋਤ ਪ੍ਰਾਈਵੇਟ ਹਸਪਤਾਲ ਖਾ ਜਾਣਗੇ ਦਵਾਈਆਂ ਖਾ ਜਾਣਗੀਆਂ ਹੋਰ ਖਰਜਣਗੇ ਤਾਂ ਫੇਰ ਇਕਨੋਮੀ ਨੂੰ ਸਾਹ ਕਿੱਥੋਂ ਮਿਲਣਾ ਜਿੱਥੋਂ ਸਾਹ ਮਿਲਿਆ ਸੀ ਉਥੋਂ ਹੀ ਬੰਦ ਹੋ ਗਿਆ ਤੇ ਸਾਡੀ ਜਿਹੜੀ ਅਰਥ ਵਿਵਸਥਾ ਇਸ ਦੀ ਆਕਸੀਜਨ ਵੀ ਖਤਮ ਹੁੰਦੀ ਜਾ ਰਹੀ ਹੈ ਜਦੋਂ ਇਹਦੀ ਆਕਸੀਜਨ ਖਤਮ ਹੋਈ ਫਿਰ ਵੱਡਾ ਛੋਟਾ ਸਾਰਾ ਭੱਜਦਿਆਂ ਨੂੰ ਕੋਰਾ ਮੈਨੂੰ ਲੱਗਦਾ ਕਿ ਜਿਹੜਾ ਅਸੀਂ ਕਦੀ ਕੀ ਆਸ ਰਾਈਆਂ ਕਰਦੇ ਸੀਗੇ ਕਿ ਵੱਡੇ ਸੰਕਟ ਦੀਆਂ ਬਰੂਹਾਂ ਤੇ ਦੇਸ਼ ਖੜਾ ਉਹ ਹੁਣ ਆ ਗਿਆ ਉਹਨੂੰ ਬਿਲਕੁਲ ਅਸੀਂ ਐਂਟਰ ਕਰ ਗਏ ਆ ਪਹਿਲੇ ਕਦਮ ਉਹਦੇ ਚ ਐਂਟਰ ਕਰ ਗਏ ਆ ਜੇ ਸਾਡੇ ਰਾਜਨੀਤਿਕ ਲੋਕ ਜਿਹੜੇ ਸਾਡੇ ਦੇ ਆਟ ਦਾ ਹੈਲਮ ਆਫ ਦਾ ਫੇਅਰ ਜੇ ਉਹ ਜੇ ਉਹ ਇਸ ਨੂੰ ਸਮਝ ਕੇ ਉਸ ਤਰੀਕੇ ਨਾਲ ਆਪਣੀ ਨੀਤੀ ਨੂੰ ਬਣਾ ਲੈਣਗੇ ਤਾਂ ਸ਼ਾਇਦ ਕੁਝ ਬਚਾਅ ਹੋ ਜੇ ਨਹੀਂ ਤੇ ਸਾਡਾ ਜਿਹੜਾ ਦੇਸ਼ ਆ ਮੈਨੂੰ ਲੱਗਦਾ ਕਿ ਸਿਵਲ ਵਾਰ ਵੱਲ ਵਧੂਗਾ ਬਹੁਤ ਵੱਡਾ ਇੱਕ ਆਪਾਤਾਪੀ ਵਾਲੀ ਅਫਰਾ ਤਫਰੀ ਵੱਲ ਲਾਉਲੈਸਨੈਸ ਵੱਲ ਕਿ ਅੱਜ ਕਿਸੇ ਦੀ ਜ਼ਰੂਰਤ ਹੈ ਕਿ ਕਿਸਾਨ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੁਣ ਤੇ ਉਹਦੇ ਤੇ ਕੋਈ ਉਹਨਾਂ ਨੂੰ ਅੰਦਰ ਸੁੱਟਦਾ ਜਾਏ ਕਿਸੇ ਦੀ ਜ਼ਰੂਰਤ ਨਹੀਂ ਹੈ ਕਿਉਂ ਕਿ ਕਿਉਂਕਿ ਇਨਾਂ ਨੇ ਜਿਹੜੇ ਵੀ ਰਾਜਨੀਤਿਕ ਲੋਕ ਆ ਉਹਨਾਂ ਨੇ ਆਪਣੀਆਂ ਬੇਕਰਤੂਤੀਆਂ ਕਰਕੇ ਆਪਣੇ ਆਪ ਨੂੰ ਇੰਨਾ ਨੀਵਾ ਕਰ ਲਿਆ ਕਿ ਲੋਕਾਂ ਦੀ ਹੁਣ ਸੱਤਾ ਜਿਹੜੀ ਹੈ ਲੋਕਾਂ ਕੋ ਚਲੇ ਗਈ ਆਉਣ ਵਾਲੇ ਸਮੇਂ 'ਚ ਇਹੀ ਸੱਤਾ ਖਿਸਕਦੀ ਖਿਸਕਦੀ ਰਾਜਨੀਤਿਕ ਲੋਕਾਂ ਤੋਂ ਉਹਨਾਂ ਦੀ ਮੋਰਲ ਪਾਵਰ ਤੇ ਵੈਸੇ ਪੋਟੈਂਸ਼ੀਅਲ ਪਾਵਰ ਵੀ ਉਹ ਲੋਕਾਂ ਕੋ ਚਲੇ ਜਾਣੀ ਆ ਲੋਕ ਫਿਰ ਕਹਿਣਗੇ ਕਿ ਹੁਣ ਜਦੋਂ ਆਉਣੀਆਂ ਨਾ ਚੋਣਾ ਹੋਣ ਜਿੰਨੇ ਕੱਚਾ ਭਜਾਉਂਦੇ ਫਿਰਦੇ ਆ ਪਹਿਲਾਂ ਮੈਂ ਤੇ ਅਪੀਲ ਵੀ ਕਰੂੰਗਾ ਔਰ ਲੋਕ ਕਰਨਗੇ ਵੀ ਤੁਹਾਡੇ ਸਾਹਮਣੇ ਉਹ ਪੁੱਛਣਗੇ ਪਹਿਲਾ 70 ਸਾਲਾਂ ਦਾ ਹਿਸਾਬ ਲੈ ਕੇ ਆਓ ਫਿਰ ਇੱਥੇ ਬੜਿਓ ਵੋਟਾਂ ਤੁਹਾਨੂੰ ਮਿਲਣਗੀਆਂ ਸਾਨੂੰ ਹਿਸਾਬ ਦਿਓ ਸਾਡਾ ਕੀ ਕੀਤਾ ਤੇ ਆਪਣਾ ਵੀ ਹਿਸਾਬ ਦੇ ਕੇ ਜਾਓ ਕਿ ਤੁਸੀਂ ਕਿੰਨਾ ਲੁੱਟਿਆ ਤੁਹਾਡੀ ਕਿੰਨੀ ਕਿੰਨੀ ਜਾਇਦਾਦ ਆ ਤੁਹਾਡੀ ਕਿੱਥੇ ਕਿੱਥੇ ਕਿੰਨੇ ਕਿੰਨਾ ਪੈਸਾ ਕਿੰਨੀਆਂ ਗੱਡੀਆਂ ਕਿੰਨੀਆਂ ਕੋਠੀਆਂ ਕਿੰਨੀਆਂ ਜਮਾਈਂ ਜ਼ਮੀਨਾਂ ਕਿੰਨੇ ਕਾਰੋਬਾਰ ਉਹਦਾ ਡਾਟਾ ਵੀਰਵਾ ਵੀ ਸਾਡੇ ਕੋਲ ਲੈ ਕੇ ਆਓ ਫਿਰ ਸਾਡੇ ਕੋਲ ਵੋਟ ਮੰਗਣ ਆਇਓ ਆਪਣਾ ਵੀਰਵਾ ਦੇਜੋ ਤੇ ਨਾਲ ਹੀ ਸਾਨੂੰ ਇਹ ਦੇਜੋ ਕਿ ਸਾਡਾ ਟਾਡਾ ਜਿਹੜਾ 70 ਸਾਲਾਂ ਤੇ ਤੁਸੀਂ ਕੀ ਕੀਤਾ ਅਸੀਂ ਵੋਟਾਂ ਤੁਹਾਨੂੰ ਇੱਕ ਇੱਕ ਦੀਆਂ ਦੋ ਦੋ ਵੀ ਪਾ ਦਿਆਂਗੇ ਇਹ ਸਵਾਲ ਹੁਣ ਜਦੋਂ ਇਹ ਚੋਣਾਂ 2022 ਦੀਆਂ ਆਉਣਗੀਆਂ ਲੋਕੀ ਕਰਨ ਲੱਗਣਗੇ ਉਹ stdcਾਣੇ ਆਜੂਗੀ ਇਹ ਬੜੀ ਧੀਰ ਹੋ ਗਈ ਇਹ ਹੋਣਾ ਚਾਹੀਦਾ ਸੀ ਕਿਉਂਕਿ ਕਿਤੇ ਤੇ ਕਦੀ ਨਾ ਕਦੀ ਤੇ ਜਵਾਬ ਦੇ ਇਹਨਾਂ ਰਾਜਨੀਤਿਕ ਲੋਕਾਂ ਦੀ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਸ਼ੁਕਰੀਆ ਪ੍ਰੋਫੈਸਰ ਸਭ ਧੰਨਵਾਦ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਟਾਡਾ ਤੁਹਾਡੇ ਚੈਨਲ ਦਾ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਸਿੱਧਿਸਵਾਲ ਪ੍ਰੋਗਰਾਮ ਤੇ ਮੇਰੇ ਨਾਲ ਮੌਜੂਦ ਸਨ 86 ਮਾਰਕ 75 ਮਨਜੀਤ ਸਿੰਘ ਜੀ ਅੱਜ ਕੀ ਹੈ ਕੋਰੋਨਾ ਵਾਇਰਸ ਦੇ ਪਿਆਕਤ ਦੇ ਉੱਤੇ ਕਿਦਾਂ ਦੇ ਅਸਰ ਪੈਣਗੇ ਲੋਕਾਂ ਨੇ ਹੁਣ ਕੀ ਸੋਚਣਾ ਚਾਹੀਦਾ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਲੋਕਰਨ ਚੈਨਲ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ